ਹੈਲੋ एवरीवन ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੀਐਸਪੀਸੀਐਲ ਦਾ ਜੈ ਇਲੈਕਟ੍ਰੀਕਲ ਦਾ ਪੇਪਰ ਜੋ ਕਿ 2013 ਦੇ ਵਿੱਚ ਹੋਇਆ ਸੀ ਉਸ ਨੂੰ ਸੋਲਵ ਕਰਵਾਵਾਂਗਾ ਜਿਨ੍ਹਾਂ ਨੇ ਅਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਤੁਹਾਡੇ ਤੱਕ ਲੇਟੈਸਟ ਵੀਡੀਓਜ਼ ਪਹੁੰਚ ਸਕਣ ਤੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਟੈਲੀਗ੍ਰਾਮ ਦੇ ਚੈਨਲ ਦਾ ਲਿੰਕ ਵੀ ਮਿਲ ਜਾਏਗਾ ਤੁਸੀਂ ਟੈਲੀਗ੍ਰਾਮ ਦਾ ਚੈਨਲ ਵੀ ਜੁਆਇਨ ਕਰ ਸਕਦੇ ਜੀ ਤੇ ਸਟਾਰਟ ਕਰਦੇ ਹਾਂ ਫਰਸਟ ਕੁਐਸਚਨ ਤੋਂ ਟਰਾਂਸਡਿਊਸਰ ਇਜ਼ ਅ ਡਿਵਾਈਸ 댓 ਕਨਵਰਟਸ ਟਰਾਂਸਡਿਊਸਰ ਕਿਹੜੀ ਡਿਵਾਈਸ ਹੁੰਦੀ ਹੈ ਟਰਾਂਸਡਿਊਸਰ ਇੱਕ ਇਦਾਂ ਦੀ ਡਿਵਾਈਸ ਹੈ ਜਿਹੜੀ ਵਨ ਫਾਰਮ ਆਫ એનર્ਜੀ ਨੂੰ ਇੱਕ ਫਾਰਮ ਆਫ એનર્ਜੀ ਨੂੰ ਐਨ ਅਦਰ ਫਾਰਮ ਮਤਲਬ ਦੂਸਰੀ ਫਾਰਮ ਦੇ ਵਿੱਚ ਕਨਵਰਟ ਕਰ ਦਿੰਦੀ ਹੈ ਠੀਕ ਹੈ ਜਿੱਦਾਂ ਇੱਕ ਫੈਨ ਲਾ ਲਓ ਫੈਨ ਵੀ ਇੱਕ ਟਰਾਂਸਡਿਊਸਰ ਹੈ ਹੀਟਰ ਲਗਾ ਲਓ ਉਹ ਵੀ ਇੱਕ ਟਰਾਂਸਡਿਊਸਰ ਹੈ ਉਹਨੂੰ ਕਿਹੜੀ એનર્ਜੀ ਦਿੱਤੀ ਆਪਾਂ ਇਲੈਕਟ੍ਰੀਕਲ એનર્ਜੀ ਦਿੱਤੀ ਉਹਨੇ ਉਸ ਨੂੰ ਕਿਹੜੀ ਫਾਰਮ ਦੇ ਵਿੱਚ ਕਨਵਰਟ ਕਰ ਦਿੱਤਾ ਇਲੈਕਟ੍ਰੀਕਲ ਹੀਟ ਹੀਟਰ ਐਂਡ ਲਾਈਟ એનર્ਜੀ ਦੇ ਵਿੱਚ ਓਕੇ 트랜ਡਿਊਸਰ ਬੇਸਿਕਲੀ ਦੋ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਇਲੈਕਟ੍ਰੀਕਲ એનર્ਜੀ ਨਹੀਂ ਚਾਹੀਦੀ ਠੀਕ ਹੈ ਜਿਨ੍ਹਾਂ ਦੇ ਵਿੱਚ ਸੈਲਫ ਜਨਰੇਟ ਮਤਲਬ ਈਐਮਐਫ ਜਿਹੜੀ ਸੈਲਫ ਜਨਰੇਟ ਹੁੰਦੀ ਹੈ ਆਪਣੇ ਆਪ ਈਐਮਐਫ ਜਨਰੇਟ ਹੋ ਜਾਂਦੀ ਹੈ ਜਿਨ੍ਹਾਂ ਨੂੰ ਮਤਲਬ ਐਕਸਟਰਨਲ ਪਾਵਰ ਸੋਰਸ ਨਹੀਂ ਚਾਹੀਦਾ ਉਹ ਐਕਟਿਵ 트랜ਡਿਊਸਰ ਹੁੰਦੇ ਨੇ ਜਿਨ੍ਹਾਂ ਨੂੰ ਐਕਸਟਰਨਲ ਪਾਵਰ ਸੋਰਸ ਚਾਹੀਦਾ ਹੈ ਉਹ ਪੈਸਿਵ 트랜ਡਿਊਸਰ ਹੁੰਦੇ ਨੇ ਓਕੇ 트랜ਡਿਊਸਰ ਇਸ ਆ ਡਿਵਾਈਸ ਦੈਟ ਕਨਵਰਟਸ ਵਨ ਫਾਰਮ ਆਫ એનર્ਜੀ ਇਨਟੂ ਅਨਦਰ ਫਾਰਮ ਆਫ એનર્ਜੀ ਹਰ ਚੀਜ਼ ਟ੍ਰਾਂਡਿਊਸਰ ਹੈ ਜਿਹੜੀ ਆਪਾਂ ਇਲੈਕਟ੍ਰੀਕਲ ਦੇ ਵਿੱਚ ਯੂਜ਼ ਕਰਦੇ ਪਏ ਜਿਦਾ ਬਲਬ ਲਗਾ ਲਓ ਬਲਬ ਨੂੰ ਆਪਾਂ ਇਲੈਕਟ੍ਰੀਕਲ એનર્ਜੀ ਦਿੱਤੀ ਮਤਲਬ ਇੱਕ ਫਾਰਮ ਆਫ એનર્ਜੀ ਦੇ ਦਿੱਤੀ ਹੈ ਉਹਨੇ ਇਹਨੂੰ ਕਿਚ ਕਨਵਰਟ ਕਰਤਾ ਹੈ ਲਾਈਟ એનર્ਜੀ ਦੇ ਵਿੱਚ ਤੇ ਹੀਟ એનર્ਜੀ ਦੇ ਵਿੱਚ ਇਸ ਕਰਕੇ ਉਹ ਵੀ ਇੱਕ ਕੀ ਹੋਏਗਾ ਟ੍ਰਾਂਡਿਊਸਰ ਹੋਏਗਾ ਓਕੇ ਨੈਕਸਟ ਅ ਸ਼ੰਟ ਇਸ ਰਿਕੁਆਇਰਡ ਟੂ ਐਕਸਟੈਂਡ ਦੀ ਰੇਂਜ ਆਫ 1 ਮਿਲੀਐਂਪੀਅਰ ਟੂ 10 ਮਿਲੀਐਂਪੀਅਰ ਵਾਈਲ ਮੀਟਰ ਰਿਸਿਸਟੈਂਸ ਇਜ਼ 36 ਓਮ ਦਾ ਵੈਲਿਊ ਆਫ ਸ਼ੰਟ ਵਿਲ ਬੀ ਹੁਣ ਆਪਾਂ ਸ਼ੰਟ ਜਿਹੜੀ ਆ ਸ਼ੰਟ ਕਿਉਂ ਯੂਜ਼ ਕਰਦੇ ਆ ਇੱਕ ਸ਼ੰਟ ਹੁੰਦੀ ਏ ਇੱਕ ਹੋਏਗਾ ਮਲਟੀਪਲਾਇਰ ਮਲਟੀਪਲਾਇਰ ਹੁਣ ਸ਼ੰਟ ਦਾ ਕੰਮ ਕੀ ਹੁੰਦਾ ਏ ਸ਼ੰਟ ਦਾ ਕੰਮ ਹੁੰਦਾ ਏ ਕਿ ਉਹ ਐਮਮੀਟਰ ਦੀ ਰੇਂਜ ਨੂੰ ਐਕਸਟੈਂਡ ਕਰਨ ਵਾਸਤੇ ਆਪਾਂ ਯੂਜ਼ ਕਰਦੇ ਆ ਠੀਕ ਏ ਸ਼ੰਟ ਐਮਮੀਟਰ ਦੀ ਰੇਂਜ ਨੂੰ ਐਕਸਟੈਂਡ ਕਰਨ ਵਾਸਤੇ ਯੂਜ਼ ਕਰਦੇ ਆ ਤੇ ਮਲਟੀਪਲਾਇਰ ਆਪਾਂ ਵੋਲਟਮੀਟਰ ਦੀ ਰੇਂਜ ਨੂੰ ਐਕਸਟੈਂਡ ਕਰਨ ਦੇ ਲਈ ਯੂਜ਼ ਕਰਦੇ ਆ ਇਹ ਜਿਹੜੀ ਗੱਲ ਕਰਦੇ ਪਏ ਆ ਪੀ ਐਮ ਐਮ ਸੀ ਮੀਟਰਾਂ ਦੀ ਗੱਲ ਕਰਦੇ ਪਏ ਆ ਪੀ ਐਮ ਐਮ ਸੀ ਪਰਮਨੈਂਟ ਮੈਗਨੇਟ ਮੂਵਿੰਗ ਕੋਇਲ ਇਨਸਟਰੂਮੈਂਟਸ ਦੀ ਗੱਲ ਕਰਦੇ ਪਏ ਆ ਓਕੇ ਕਿਉਂਕਿ ਜੇ ਐਮ ਆਈ ਦੀ ਗੱਲ ਕਰੀਏ ਮੂਵਿੰਗ ਆਇਰਨ ਦੇ ਵਿੱਚ ਉਹਦੇ ਵਿੱਚ ਤੇ ਆਪਾਂ ਸੀਟੀ ਤੇ ਪੀਟੀ ਯੂਜ਼ ਕਰਕੇ ਰੇਂਜ ਨੂੰ ਐਕਸਟੈਂਡ ਕਰ ਸਕਦੇ ਆ ਜੇਕਰ ਆਪਾਂ ਐਮੀਟਰ ਦੀ ਰੇਂਜ ਐਕਸਟੈਂਡ ਕਰਨੀ ਹੈ ਤੇ ਸੀਟੀ ਯੂਜ਼ ਕਰ ਲਾਂਗੇ ਜੇ ਵੋਲਟਮੀਟਰ ਦੀ ਰੇਂਜ ਐਕਸਟੈਂਡ ਕਰਨੀ ਹੈ ਤੇ ਪੀਟੀ ਯੂਜ਼ ਕਰ ਲਾਂਗੇ ਪੋਟੈਂਸ਼ੀਅਲ ਟਰਾਂਸਫਾਰਮਰ ਤੇ ਕਰੰਟ ਟਰਾਂਸਫਾਰਮਰ ਓਕੇ ਹੁਣ ਜੇ ਡੀ ਸੀ ਹੁਣ ਜਿਹੜਾ ਪੀ ਐਮ ਐਮ ਸੀ ਮੀਟਰ ਹੁੰਦੇ ਆ ਸਿਰਫ ਡੀ ਸੀ ਨੂੰ ਹੀ ਮੈਜ਼ਰ ਕਰ ਸਕਦੇ ਨੇ ਠੀਕ ਹੈ ਡੀ ਸੀ ਡੀ ਸੀ ਕੁਆਂਟੀਟੀ ਮਤਲਬ ਡੀ ਸੀ ਕਰੰਟ ਤੇ ਡੀ ਸੀ ਵੋਲਟੇਜ ਨੂੰ ਹੀ ਮੈਜ਼ਰ ਕਰ ਸਕਦੇ ਨੇ ਇਸ ਕਰਕੇ ਇਹਨਾਂ ਦੀ ਰੇਂਜ ਨੂੰ ਐਕਸਟੈਂਡ ਕਰਨ ਵਾਸਤੇ ਸਾਨੂੰ ਸ਼ਰਟ ਤੇ ਮਲਟੀਪਲਾਇਰ ਚਾਹੀਦੇ ਨੇ ਸ਼ਰਟ ਕਾਦੇ ਵਾਸਤੇ ਆਪਾਂ ਯੂਜ਼ ਕਰਦੇ ਆ ਟੂ ਐਕਸਟੈਂਡ ਦੀ ਰੇਂਜ ਆਫ ਐਮੀਟਰ ਮਲਟੀਪਲਾਇਰ ਕਿਉਂ ਯੂਜ਼ ਕਰਦੇ ਆ ਟੂ ਐਕਸਟੈਂਡ ਦੀ ਰੇਂਜ ਆਫ ਵੋਲਟਮੀਟਰ ਹੁਣ ਇਹਦੇ ਵਿੱਚ ਕੀ ਉਹ ਸ਼ੰਟ ਆਪਾਂ ਵੇਖਣੀ ਹੈ ਉਹ ਸ਼ੰਟ ਸ਼ੰਟ ਕੀ ਹੁੰਦਾ ਇੱਕ ਸੀਰੀਜ਼ ਦੇ ਵਿੱਚ ਇੱਕ ਜਿਹੜਾ ਸਾਡਾ ਸਪੋਜ਼ ਕਰੋ ਇਹ ਮੀਟਰ ਹੈ ਇਹਦੇ ਪੈਰਲਰ ਦੇ ਵਿੱਚ ਸੀਰੀਜ਼ ਦੇ ਵਿੱਚ ਨਹੀਂ ਪੈਰਲਰ ਦੇ ਵਿੱਚ ਇੱਕ ਰੈਜ਼ਿਸਟੈਂਸ ਐਡ ਕਰਦੇ ਆ ਉਹਨੂੰ ਕਹਿੰਦੇ ਨੇ ਸ਼ੰਟ ਇਹ ਕੀ ਹੈ ਸ਼ੰਟ ਆਮੀਟਰ ਓਕੇ ਹੁਣ ਇਹਦਾ ਫਾਰਮੂਲਾ ਕੀ ਹੁੰਦਾ ਹੈ ਫਾਰਮੂਲਾ ਹੁੰਦਾ ਹੈ RSH RM RM ਕੀ ਹੈ ਮੀਟਰ ਦੀ ਰੈਜ਼ਿਸਟੈਂਸ ਓਕੇ M 1 ਹੁਣ M ਕੀ ਹੈ M ਹੁੰਦਾ ਹੈ ਜਿਹੜਾ ਕਰੰਟ ਆਪਾਂ ਐਕਸਟੈਂਡ ਕਰਨਾ ਹੈ ਕਿਥੋਂ ਤੱਕ ਆਪਾਂ ਕਰਨਾ ਹੈ ਠੀਕ ਹੈ ਤੇ ਜਿੰਨੀ ਮੀਟਰ ਦੀ ਰੇਂਜ ਹੈ ਹੁਣ ਕਰੰਟ ਕਿੰਨਾ ਹੈ ਸਾਡੇ ਕੋਲ 10 ਠੀਕ ਹੈ 10 ਮਿਲੀਐਂਪੀਅਰ ਜਿੱਥੋਂ ਤੱਕ ਆਪਾਂ ਰੇਂਜ ਨੂੰ ਐਕਸਟੈਂਡ ਕਰਨਾ ਹੈ ਆ ਦੇਖ ਸਕਦੇ ਜੇ ਤੁਸੀਂ ਤੇ ਵਨ ਕੀ ਆ ਜਿਹੜੀ ਮੀਟਰ ਦਾ ਆਈ ਐਮ ਕੀ ਕਹਤਾ ਆਪਾਂ ਮੀਟਰ ਦਾ ਜਿਹੜਾ ਕਰੰਟ ਹੈ ਜਿਹੜਾ ਕਿ ਮੀਟਰ ਮੈજર ਕਰ ਸਕਦਾ ਹੈ ਇਸ ਟਾਈਮ ਤੇ ਇਹ ਸਾਡੇ ਕੋਲ ਕੀ ਆ ਜਾਏਗਾ 10 ਆ ਜਾਏਗਾ ਓਕੇ ਤੇ ਇਹ ਕੀ ਆ ਗਿਆ ਸਾਡੇ ਕੋਲ ਆਰ ਐਸ ਇਕੁਅਲ ਟੂ ਆਰ ਐਮ ਦੀ ਵੈਲਿਊ ਕਿੰਨੀ ਹੈ ਆਰ ਐਮ ਦੀ ਵੈਲਿਊ ਹੈਗੀ 36 36 10 1 10 ਆ ਗਿਆ ਨਾ ਇਹ ਕੀ ਆ ਜਾਏਗਾ 36 ਡਿਵਾਈਡਡ ਬਾਈ 9 10 ਚੋਂ ਇੱਕ ਘਟਾਇਆ ਕਿੰਨਾ ਆ ਗਿਆ 9 ਆ ਗਿਆ ਇਹ ਕਿੰਨਾ ਆ ਜਾਏਗਾ 4 ਓਮ ਇਸ ਕਰਕੇ ਸਾਨੂੰ 1 ਮਿਲੀ ਐਂਪੀਅਰ ਤੋਂ 10 ਮਿਲੀ ਐਂਪੀਅਰ ਤੱਕ ਰੇਂਜ ਐਕਸਟੈਂਡ ਕਰਨ ਦੇ ਲਈ 4 ਓਮ ਦੀ ਸ਼ੰਟ ਜਿਹੜੀ ਉਹ ਚਾਹੀਦੀ ਹੈ ਓਕੇ ਨੈਕਸਟ ਹੈ ਦੀ ਬਰਡਨ ਅਕਰੋਸ ਦੀ ਸੈਕੰਡਰੀ ਆਫ ਐਨ ਇਨਸਟਰੂਮੈਂਟ ट्रांसफॉर्मर इज स्पैसीफाइड हैज सही आंसर है ये है वी टू डिवाइड सेकेंडरी की गल की ना सकेंडरी मतलब वी टू वोल्टेज जी सकेंडरी डिवाइड बाई करंट ओके वी टू की है सकेंडरी वोल्टेज आई टू की है सकेंडरी करंट नैक्सट अमल्टीमीटर हैज फुलेल डिफलैक्शन करंट आई एफ एस डी एन बोलते हैं फुल स्केल डिफलैक्शन करंट अमल्टीमीटर हैज फुल स्केल डिफलैक्शन करंट इज इक्वल टू फाइव मिली पीयर दैन इट्स सेंसिटिविटी इज सेंसिटिविटी आपनी सेंसिटिविटी होंस सेंसिटिविटी आएगी वन बाय आई एफ एस डी ओके आ गया पं गुणा टेन रेज दार माइनस थ्री ਇਹ ਹੁਣ ਮਾਈਨਸ ਚ ਪਾਵਰ ਐ ਉੱਪਰ ਜਾ ਕੇ ਪਲੱਸ ਹੋ ਜਣੀ ਆ ਮਤਲਬ ਇਹ ਕਿੰਨਾ ਹੋ ਗਿਆ 1000 10 ਦੀ ਪਾਵਰ 3 ਦਾ ਮਤਲਬ 1000 ਹੁੰਦਾ ਹੈ ਡਿਵਾਈਡਿਡ ਬਾਈ 5 ਕਟਿੰਗ ਹੋਈ ਕਿੰਨਾ ਆ ਗਿਆ ਸਾਡੇ ਕੋਲ 200 ਕਿੰਨਾ ਆ ਜਾਏਗਾ 200 ਓਮ ਪਰ ਵੋਲਟ ਪਰ ਵੋਲਟ ਓਕੇ ਇਹਦੀ ਆਪਸ਼ਨ ਕੀ ਹੈ ਸਹੀ ਇਹਦੀ ਸਹੀ ਆਪਸ਼ਨ ਕੀ ਹੈ ਸਹੀ ਆਪਸ਼ਨ ਹੈ ਬੀ 200 ਓਮ ਪਰ ਵੋਲਟ ਨੈਕਸਟ ਮੈਗਨੇਟੋ ਮੋਟਿਵ ਫੋਰਸ ਐਮ ਐਮ ਐਫ ਇਸ ਇਕੁਅਲ ਟੂ ਇਹ ਕਿਹਦੇ ਇਕੁਅਲ ਹੁੰਦੀ ਹੈ n i ਦੇ ਇੱਕ ਦੇ ਇਕੁਅਲ ਹੁੰਦੀ ਏ n i ਦੇ n ਕੀ ਹੈ ਨੰਬਰ ਆਫ ਟਰਨਸ n ਕੀ ਹੈ ਨੰਬਰ ਆਫ ਟਰਨਸ ਤੇ i ਕੀ ਹੈ ਕਰੰਟ ਇਹਦਾ ਜਿਹੜਾ mmf ਦਾ ਯੂਨਿਟ ਹੁੰਦਾ ਏ ਉਹ ਹੁੰਦਾ ਏ 80 80 80 ਮਤਲਬ ਯੂਨਿਟ ਕਿਹਦਾ ਹੋਏਗਾ ਐਂਪੀਅਰ ਦਾ ਤੇ ਟਰਨਸ ਠੀਕ ਹੈ ਨੰਬਰ ਆਫ ਟਰਨਸ ਨੂੰ ਆਪਾਂ t ਦੇ ਨਾਲ ਲਿਖਤਾ ਓਕੇ ਨੈਕਸਟ ਦੇ ਦਾ ਮਟੀਰੀਅਲ ਕਾਜ਼ ਲੋ ਪਾਵਰ ਲਾਸ ਇਨ ਮੈਗਨੇਟਾਈਜੇਸ਼ਨ ਐਂਡ ਆਰ ਸੂਟੇਬਲ ਐਸ ਕੋਰ ਆਫ ਇਲੈਕਟ੍ਰੀਕਲ ਮਸ਼ੀਨਸ should have ਇਹਦੇ ਵਿੱਚ ਕੀ ਆ ਸਮਾਲ ਏਰੀਆ ਆਫ ਹਿਸਟਰੀਸਿਸ ਲੂਪ ਜਿਹੜੇ ਪਾਵਰ ਲਾਸ ਹੁੰਦੇ ਨੇ ਮੈਗਨੇਟਿਕ ਮਟੀਰੀਅਲ ਦੇ ਵਿੱਚ ਉਹ ਕਿਤੇ ਡਿਪੈਂਡ ਕਰਦੇ ਨੇ ਉਹ ਕਿਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੇ ਨੇ ਏਰੀਆ ਆਫ ਹਿਸਟਰੀਸਿਸ ਲੂਪ ਡਾਇਰੈਕਟਲੀ ਪ੍ਰੋਪੋਰਸ਼ਨਲ ਕਹਿ ਰਿਹਾ ਠੀਕ ਹੈ ਪਾਵਰ ਲਾਸ ਕਿਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਨੇ ਏਰੀਆ ਆਫ ਹਿਸਟਰੀਸਿਸ ਲੂਪ ਏਰੀਆ ਆਫ ਹਿਸਟਰੀਸਿਸ ਲੂਪ ਜਿੱਦਾਂ ਵੱਡਾ ਲੂਪ ਹੋਈ ਜਾਏਗਾ ਹੁਣ ਲੂਪ ਵੇਖ ਲਈ ਲੂਪ ਕੀ ਹੈ ਇਹਨੂੰ ਕਹਿੰਦੇ ਨੇ ਲੂਪ ਆ ਜਿਹੜਾ ਹਿਸਟਰੀਸਿਸ ਮੈਂ ਬਣਾਇਆ ਨਾ ਆ ਦੇਖੋ ਇਹਨੂੰ ਕਹਿੰਦੇ ਨੇ ਲੂਪ ਇਹ ਲੂਪ ਜਿੰਨਾ ਵੱਡਾ ਹੋਈ ਜਾਏਗਾ ਓਨੇ ਜ਼ਿਆਦਾ ਲੌਸਿਸ ਹੋਣਗੇ ਸੋ ਇਲੈਕਟ੍ਰੀਕਲ ਮਸ਼ੀਨ ਦੇ ਵਿੱਚ ਕੋਰ ਲੌਸ ਨੂੰ ਘੱਟ ਤੋਂ ਘੱਟ ਰੱਖਣ ਵਾਸਤੇ ਆਪਾਂ ਕਿਹੜਾ ਮਟੀਰੀਅਲ ਚੂਜ਼ ਕਰਾਂਗੇ ਸਮਾਲ ਏਰੀਆ ਆਫ ਹਿਸਟਰੀਸਿਸ ਲੂਪ ਜਿਸ ਮਟੀਰੀਅਲ ਦਾ ਹਿਸਟਰੀ ਏਰੀਆ ਆਫ ਹਿਸਟਰੀਸਿਸ ਲੂਪ ਘੱਟ ਹੈ ਉਹਨੂੰ ਆਪਾਂ ਯੂਜ਼ ਕਰਾਂਗੇ ਓਕੇ ਨੈਕਸਟ ਇ ਅ ਕਾਸਟ ਆਇਰਨ ਰਿੰਗ ਬਾਉਂਡ ਵਿਦ 500 ਟਰਨਸ ਕੋਇਲ ਐਂਡ ਐਮ ਐਮ ਐਫ ਇਜ਼ 7580 ਠੀਕ ਹੈ ਐਮ ਐਮ ਐਫ ਦਾ ਤੁਹਾਨੂੰ ਪਿਛੇ ਜੀ ਦੱਸਿਆ ਕਿ ਯੂਨਿਟ ਕੀ ਹੁੰਦਾ ਹੈ ਏਟੀ ਹੁੰਦਾ ਹੈ ਥੈਨ ਵੈਲਿਊ ਆਫ ਐਕਸਾਈਟਿੰਗ ਕਰੰਟ ਟੂ ਪ੍ਰੋਡਿਊਸ ਰਿਕਵਾਇਰਡ ਫਲਕਸ ਵਿਲ ਬੀ ਹੁਣ ਇਹਦੇ ਵਿੱਚ ਕਰੰਟ ਦੀ ਵੈਲਿਊ ਆਪਾਂ ਫਾਈਂਡ ਕਰਨੀ ਹੈ ਹੁਣ ਐਮ ਐਮ ਐਫ ਕਿ ਦੇ ਇਕੁਅਲ ਹੁੰਦੀ ਹੈ ਐਮ ਐਮ ਐਫ ਇਸ ਇਕੁਅਲ ਟੂ ਐਨ ਨੰਬਰ ਆਫ ਟਰਨਸ ਇੰਟੂ ਕਰੰਟ ਹੁਣ ਆਪਾਂ ਫਾਈਂਡ ਕੀ ਕਰਨਾ ਹੈ ਕਰੰਟ ਕਰੰਟ ਇਸ ਇਕੁਅਲ ਟੂ ਐਮ ਐਮ ਐਫ ਓਵਰ ਨੰਬਰ ਆਫ ਟਰਨਸ ਠੀਕ ਹੈ ਐਮ ਐਮ ਐਫ ਕਿੰਨੀ ਹੈ ਸਾਡੇ ਕੋਲ 7580 ਡਿਵਾਈਡਡ ਬਾਈ ਟਰਨਸ ਕਿੰਨੀਆਂ ਨੇ ਸਾਡੇ ਕੋਲ 500 ਕਟਿੰਗ ਕਰਕੇ ਦੇਖਦੇ ਹਾਂ ਕੀ ਹੁੰਦਾ ਹੈ 15 ਠੀਕ ਹੈ ਟਰਨ ਹੀ ਟੀ ਨਾਲ ਟੀ ਕੈਨਸਲ ਹੋ ਗਿਆ ਕਿੰਨਾ ਆ ਗਿਆ 15 ਐਂਪੀਅਰ 15 ਐਂਪੀਅਰ ਜਿਹੜਾ ਵਾ ਸਹੀ ਆਨਸਰ ਹੈ ਓਕੇ ਨੈਕਸਟ ਸਿਲੀਕੋਨ ਕੰਟਰੋਲਡ ਰੈਕਟੀਫਾਇਰ ਹੈਜ਼ 3 ਟਰਮੀਨਲਸ ਐਸ ਸੀ ਆਰ ਦੇ ਤਿੰਨ ਟਰਮੀਨਲ ਹੁੰਦੇ ਨੇ ਐਸ ਸੀ ਆਰ ਦੇ ਕਿੰਨੇ ਟਰਮੀਨਲਸ ਹੁੰਦੇ ਨੇ ਤਿੰਨ ਇੱਕ ਨੂੰ ਕਹਿੰਦੇ ਨੇ ਐਨੋਡ ਇੱਥੇ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਇਹਨੂੰ ਕਹਿੰਦੇ ਨੇ ਐਨੋਡ ਇਹ ਹੁੰਦੀ ਹੈ ਕੈਥੋਡ ਤੇ ਇੱਕ ਹੁੰਦਾ ਹੈ ਉਸ ਟਰਮੀਨਲ ਨੂੰ ਕਹਿੰਦੇ ਨੇ ਗੇਟ ਠੀਕ ਹੈ ਇਹ ਜੰਕਸ਼ਨ ਹੁੰਦਾ ਪੀ ਐਨ ਪੀ ਐਨ ਇਸ ਤਰੀਕੇ ਦੇ ਨਾਲ ਓਕੇ ਕਿੰਨੇ ਟਰਮੀਨਲ ਹੋਣਗੇ ਤਿੰਨ ਟਰਮੀਨਲ ਹੋਣਗੇ ਜੁਜਟੀ ਇਜ਼ ਜਨਰਲੀ ਯੂਜ਼ਡ ਫਾਰ ਯੂਨੀ ਜੰਕਸ਼ਨ ਟਰਾਂਜਿਸਟਰ ਆਪਾਂ ਕਿਉਂ ਯੂਜ਼ ਕਰਦੇ ਆ ਇਸ ਕਰਕੇ ਯੂਜ਼ ਕਰਦੇ ਆ ਟ੍ਰਿਗਰਿੰਗ ਆਫ ਐਸਆਰ ਐਸਆਰ ਨੂੰ ਟ੍ਰਿਗਰ ਕਰਨ ਵਾਸਤੇ ਟ੍ਰਿਗਰ ਦਾ ਮਤਲਬ ਹੁੰਦਾ ਹੈ ਕਿ ਉਹ ਆਫ ਸਟੇਟ ਤੋਂ ਆਨ ਸਟੇਟ ਦੇ ਵਿੱਚ ਲਿਆਉਣ ਵਾਸਤੇ ਅਸੀਂ ਕਿਹੜਾ ਕੀ ਯੂਜ਼ ਕਰਾਂਗੇ ਯੂਜੇਟੀ ਯੂਜ਼ ਕਰਾਂਗੇ ਮਤਲਬ ਟ੍ਰਿਗਰ ਮਤਲਬ ਉਹਨੂੰ ਆਨ ਕਰਨ ਵਾਸਤੇ ਐਸਆਰ ਨੂੰ ਆਨ ਕਰਨ ਵਾਸਤੇ ਆਪਾਂ ਯੂਜੇਟੀ ਯੂਜ਼ ਕਰਦੇ ਆ ਨੈਕਸਟ ਹੈ ਫਾਰ ਕੰਟਰੋਲਿੰਗ ਦੀ ਸਪੀਡ ਆਫ 3 ਫੇਸ ਇੰਡਕਸ਼ਨ ਮੋਟਰ ਵਿਚ ਆਫ ਦੀ ਫੋਲੋਇੰਗ ਸਕੀਮ ਇਜ਼ ਯੂਜ਼ਡ ਵਿਚ ਆਫ ਦੀ ਫੋਲੋਇੰਗ scheme is used. ਇਹਦੇ ਵਿੱਚ ਆਪਾਂ ਯੂਜ਼ ਕਰਦੇ ਆਂ ਵੇਰੀਏਬਲ ਵੋਲਟੇਜ ਵੇਰੀਏਬਲ ਫ੍ਰੀਕੁਐਂਸੀ ਸਕੀਮ ਵੇਰੀਏਬਲ ਵੋਲਟੇਜ ਵੇਰੀਏਬਲ ਫ੍ਰੀਕੁਐਂਸੀ ਸਕੀਮ ਨੈਕਸਟੇ ਕਮਿਊਟੇਟਰ ਆਫ ਇਲੈਕਟ੍ਰੀਕਲ ਮਸ਼ੀਨਸ ਇਜ਼ ਮੇਡ ਅਪ ਆਫ ਕਾਪਰ ਸੈਗਮੈਂਟਸ ਕਾਪਰ ਸੈਗਮੈਂਟਸ ਕਮਿਊਟੇਟਰ ਹੁੰਦਾ ਇਸ ਤਰੀਕੇ ਨਾਲ ਇਹਨੂੰ ਹਾਰਟ ਆਫ ਦੀ ਡੀਸੀ ਮਸ਼ੀਨ ਵੀ ਕਹਿੰਦੇ ਆ ਠੀਕ ਹੈ ਹਾਰਟ ਆਫ ਕਿਉਂਕਿ ਡੀਸੀ ਮਸ਼ੀਨ ਦੇ ਵਿੱਚ ਕਮਿਊਟੇਟਰ ਦਾ ਮੇਨ ਕੰਮ ਹੈ ਕਮਿਊਟੇਟਰ ਦਾ ਕੰਮ ਕੀ ਹੈ ਇਹਨੇ ਡੀਸੀ ਨੂੰ ਏਸੀ ਨੂੰ ਡੀਸੀ ਕਰਨਾ ਹੁੰਦਾ ਹੈ ਕਿਉਂਕਿ ਜਿਹੜੀ ਆਰਮਚਰ ਦੇ ਵਿੱਚ EMF प्रोड्यूस ਹੁੰਦੀ ਹੈ ਨਾ ਆਰਮਚਰ ਦੇ ਵਿੱਚ ਉਹ ਏਸੀ ਨੇਚਰ ਹੁੰਦੀ ਕਿਉਂਕਿ ਹੈਟ੍ਰੋਪੋਲਰ ਮਸ਼ੀਨ ਹੈ ਨਾ ਇਹ ਜਿਹੜੀ ਆਪਣੇ ਕੋ ਹੈਗੀ ਹੈ ਹੈਟ੍ਰੋਪੋਲਰ ਮਸ਼ੀਨ ਹੁੰਦੀ ਹੈ ਹਾਈਟਰੋਪੋਲਰ ਦਾ ਮਤਲਬ ਉਹਦੇ ਵਿੱਚ ਨਾਰਥ ਤੇ ਸਾਊਥ ਹੋਣਗੇ ਜਦੋਂ ਨਾਰਥੀ ਇਨਫਲੂਐਂਸ ਦੇ ਵਿੱਚ ਆਏਗਾ ਤੇ ਪੋਜ਼ਿਟਿਵ ਆਫ ਸਾਈਕਲ ਬਣ ਜਾਏਗਾ ਫਿਰ ਨੈਗੇਟਿਵ ਆਫ ਸਾਈਕਲ ਬਣ ਜਾਏਗਾ ਜਿਹੜੀ ਆਰਮੇਚਰ ਦੇ ਵਿੱਚ EMF ਜਿਹੜੀ ਇੰਡਿਊਸ ਹੁੰਦੀ ਉਹ AC ਹੀ ਹੁੰਦੀ ਹੈ ਓਕੇ ਤੇ ਕਮੂਟੇਟਰ ਬਾਅਦ ਵਿੱਚ ਉਹਨੂੰ DC ਜਿਹਾ ਕਰਦਾ ਹੈ ਇੱਕ ਤਰ੍ਹਾਂ ਦਾ ਇਹ ਮਕੈਨੀਕਲ ਰਿਵਰਸਿੰਗ ਸਵਿਚ ਹੁੰਦਾ ਹੈ ਤੇ ਜਿਹੜੇ ਆ ਇਹਦੇ ਸੈਗਮੈਂਟਸ ਨੇ ਉਹ ਕਾਦੇ ਬਣੇ ਹੁੰਦੇ ਨੇ ਕਾਪਰ ਸੈਗਮੈਂਟਸ ਹੁੰਦੇ ਨੇ ਕਾਪਰ ਮਟੀਰੀਅਲ ਆਪਾਂ ਯੂਜ਼ ਕਰਦੇ ਆ ਨੈਕਸਟ ਇਜ਼ ਦਾ ਰਿਲੇਸ਼ਨਸ਼ਿਪ ਬਿਟਵੀਨ बैक ईएमएफ एंड अप्लाइड वोल्टेज इन केस ऑफ डीसी मोटर इज एस ਹੁਣ ਬੈਕੀਐਮਐਫ ਕਿੱਥੇ ਪੈਦਾ ਹੋਈ ਇੱਕ ਸਿੰਪਲ ਜੀ ਗੱਲ ਐ ਬੈਕੀਐਮਐਫ ਆਰਮੇਚਰ ਦੇ ਵਿੱਚ ਹੀ ਪੈਦਾ ਹੋਏਗੀ ਇਹ ਕੀ ਆ ਗਿਆ ایਬੀ ਓਕੇ ਤੇ ਇਹਨੂੰ ਆਪਾਂ ਜਿਹੜੀ ਸਪਲਾਈ ਦਿੱਤੀ ਉਹ ਕਿਹੜੀ ਦਿੱਤੀ ਆ ਵੀ ਠੀਕ ਐ ਵੀ ਸਪਲਾਈ ਦਿੱਤੀ ਆ ਹੁਣ ایਬੀ ਇਕੁਅਲ ਟੂ v ਦੋਨੇ ਇੱਕ ਦੂਜੇ ਦੇ ਬਰਾਬਰ ਤੇ ਹੋ ਨਹੀਂ ਸਕਦੇ ਇਹਦੇ ਵਿੱਚ ਕੋਈ ਨਾ ਕੋਈ ਤੇ ਲਾਸ ਹੋਣਗੇ ਨਾ ਉਹ ਕੀ ਲਾਸ ਹੋਏਗਾ ਜਿਹੜਾ ਆਰਮਚਰ ਨੂੰ ਕਰੰਟ ਗਿਆ i ਤੇ ਜਿਹੜੀ ਆਰਮਚਰ ਦੀ ਰੈジਸਟੈਂਸ ਏ r ਦੋਨਾਂ ਦਾ ਕਿਉਂਕਿ i r v ਵੋਲਟੇਜ ਡ੍ਰੌਪ ਓਕੇ ਤੇ e b ਫਿਰ ਕਿਹਦੇ ਇਕੁਅਲ ਆ ਗਿਆ v i r ਇਹਦੀ ਜਿਹੜੀ ਸਹੀ ਆਪਸ਼ਨ ਹੈ ਕੀ ਹੈ b ਨੈਕਸਟ ਇਲੈਕਟ੍ਰੀਕਲ ਟਰਾਂਸਫਾਰਮਰ ਕੈਨ ਵਰਕ ਔਨ ac ਸਪਲਾਈ ਓਨਲੀ ਏਸੀ ਸਪਲਾਈ ਤੇ ਕੰਮ ਕਰਦਾ ਹੈ ਨੈਕਸਟ ਹੈ ਬਕਲਜ਼ ਰਲੇ ਇਸ ਯੂਜ਼ਡ ਔਨ ਔਇਲ ਕੂਲਡ ਟਰਾਂਸਫਾਰਮਰ ਠੀਕ ਹੈ ਔਇਲ ਕੂਲ ਟਰਾਂਸਫਾਰਮਰ ਦੇ ਵਿੱਚ ਹੀ ਆਪਾਂ ਬਕਲਜ਼ ਰਲੇ ਨੂੰ ਯੂਜ਼ ਕਰਦੇ ਹਾਂ ਨੈਕਸਟ ਹੈ ਦਿ ਕਲਰ ਆਫ ਡਰਾਈ ਸਿਲੀਕਾ ਜੈਲ ਇਸ ਠੀਕ ਹੈ ਡਰਾਈ ਸਿਲੀਕਾ ਜੈਲ ਇਸ ਸਿਲੀਕਾ ਜੈਲ ਨੂੰ ਆਪਾਂ ਬਰੀਦਰ ਦੇ ਵਿੱਚ ਯੂਜ਼ ਕਰਦੇ ਹਾਂ ਇਹਦਾ ਕੰਮ ਕੀ ਹੁੰਦਾ ਬੇਸਿਕਲੀ ਮoiਸਚਰ ਨੂੰ ਅਬਸੋਰਬ ਕਰਨਾ ਮoiਸਚਰ ਨੂੰ ਇਹ ਨਾ ਅਬਸੋਰਬ ਕਰਦੀ ਏ ਤੇ ਜਦੋਂ ਡਰਾਈ ਹੁੰਦੀ ਏ ਡਰਾਈ ਜਦੋਂ ਹੋਏਗੀ ਡਰਾਈ ਇਹਦਾ ਇਹਦਾ ਜਿਹੜਾ ਕਲਰ ਹੋਏਗਾ ਉਦੋਂ ਹੋਏਗਾ ਬਲੂ ਤੇ ਜਦੋਂ ਮoiਸਚਰ ਨੂੰ ਅਬਸੋਰਬ ਕਰ ਲੇਗੀ ਉਸ ਤੋਂ ਬਾਅਦ ਇਹਦਾ ਜਿਹੜਾ ਕਲਰ ਹੋ ਜਾਂਦਾ ਪੇਲ ਪਿੰਕ ਹੋ ਜਾਂਦਾ ਏ ਠੀਕ ਆ ਪੇਲ ਪਿੰਕ ਹੋ ਜਾਂਦਾ ਏ ਓਕੇ ਤੇ ਡਰਾਈ ਦੀ ਗੱਲ ਕੀਤੀ ਇਸ ਕਰਕੇ ਦੀ ਸਹੀ ਆਪਸ਼ਨ ਕੀ ਹੈ ਏ ਬਲੂ ਨੈਕਸਟ ਹੈ ਫੰਕਸ਼ਨ ਆਫ ਬਰੀਦਰ ਇਨ ਅ ਟ੍ਰਾਂਸਫਾਰਮਰ ਇਜ਼ ਟਰਾਂਸਫਾਰਮਰ ਦੇ ਵਿੱਚ ਬਰੀਦਰ ਦਾ ਕੰਮ ਕੀ ਹੈ ਬਰੀਦਰ ਮਤਲਬ ਕੀ ਹੁੰਦਾ ਹੈ ਬੇਸਿਕਲੀ ਜਦੋਂ ਟਰਾਂਸਫਾਰਮਰ ਤੇ ਲੋਡ ਪੈਂਦਾ ਹੈ ਠੀਕ ਹੈ ਉਦੋਂ ਜਿਹੜਾ ਔਇਲ ਵਾ ਇਨਸੂਲੇਟਿੰਗ ਔਇਲ ਆਪਾਂ ਯੂਜ਼ ਕੀਤਾ ਹੈ ਉਹ ਐਕਸਪੈਂਡ ਹੁੰਦਾ ਹੈ ਓਕੇ ਜਦੋਂ ਕੂਲਿੰਗ ਪਰਪਸ ਵਾਸਤੇ ਹੀ ਆਪਾਂ ਯੂਜ਼ ਕਰਦੇ ਨੇ ਔਇਲ ਉਹ ਜਦੋਂ ਐਕਸਪੈਂਡ ਹੋਏਗਾ ਤੇ ਜਿਹੜੀ ਹਵਾ ਹੈ ਉਹ ਬਾਹਰ ਨੂੰ ਜਾਏਗੀ ਓਕੇ ਤੇ ਥਰੂ ਜਾਏਗੀ ਬਰੀਦਰ ਦੇ ਥਰੂ ओके ਤੇ ਜਦੋਂ ਮਤਲਬ ਲੋਡ ਘਟ ਗਿਆ ਤੇਲ ਠੰਡਾ ਹੋ ਗਿਆ ਉਹਨੇ ਫਿਰ ਕੰਟ੍ਰੈਕਟ ਹੋਣਾ ਵਾ ਠੀਕ ਹੈ ਉਹਦੇ ਨਾਲ ਕੀ ਆ ਇਹ ਬਾਹਰੋਂ ਹਵਾ ਖਿੱਚੇਗਾ ਠੀਕ ਹੈ ਬਾਹਰੋਂ ਜਿਹੜੇ ਇਹ ਟਰਾਂਸਫਾਰਮਰ ਹਵਾ ਖਿੱਚੇਗਾ ਤੇ ਹੁਣ ਇਹ ਜਿਹੜਾ ਬਰੀਦਰ ਦੇ ਵਿੱਚੋਂ ਹੀ ਉਹ ਕਿ ਆਏਗੀ ਜਿੱਦਾਂ ਸਾਡਾ ਨੱਕ ਇਸੇ ਤਰੀਕੇ ਨਾਲ ਬਰੀਦਰ ਜਿਹੜਾ ਟਰਾਂਸਫਾਰਮਰ ਦਾ ਨੱਕ ਤੇ ਇਹਦੇ ਵਿੱਚ ਹੀ ਆਪਾਂ ਸਿਲੀਕਾ ਜੈਲ ਯੂਜ਼ ਕਰਦੇ ਹਾਂ ਬਰੀਦਰ ਦੇ ਵਿੱਚ ਹੀ ਕਿ ਮੌਇਸਚਰ ਜਿਹੜਾ ਵਾ ਅੰਦਰ ਨਾ ਜਾਵੇ ਇਸ ਕਰਕੇ ਫਿਰ ਬਰੀਦਰ ਦਾ ਕੰਮ ਕੀ ਹੋਇਆ ਟੂ ਅਰੇਸਟ ਦੀ ਫਲੋ ਆਫ ਮੌਇਸਚਰ ਇੰਟੂ ਦੀ ਟੈਂਕ ओके के मॉइस्चर ਨੂੰ ਟੈਂਕ ਦੇ ਵਿੱਚ ਨਹੀਂ ਜਾਣ ਦਿੰਦਾ ਠੀਕ ਹੈ ਇਹਦੀ ਸਹੀ ਆਪਸ਼ਨ ਕੀ ਹੈ ਸੀ ਨੈਕਸਟ ਹੈ ਦੀ ਮੈਕਸिमम ਵੈਲਿਊ ਆਫ ਪਾਵਰ ਫੈਕਟਰ ਇਜ਼ 1 ਮੈਕਸिमम ਵੈਲਿਊ ਜਿਹੜੀ ਹੈ ਪਾਵਰ ਫੈਕਟਰ ਦੀ 1 ਹੋ ਸਕਦੀ ਹੈ ਕੇ ਵੀ ए आर ਪਾਵਰ ਇਜ਼ ਇਕੁਅਲ ਟੂ ਇਹ ਹੁੰਦੀ ਹੈ ਕੇ ਵੀ ए ਮਲਟੀਪਲਾਈ ਬਾਈ ਸਾਈਨ ਫਾਈ ਸਾਈਨ ਫਾਈ ਕੀ ਹੈ ਰੈਕਟਿਵ ਪਾਵਰ ਸ਼ੋ ਕਰਦਾ ਪਿਆ ਹੈ ਜਿੱਥੇ ਕੋਸ ਫਾਈ ਕਰ ਦਾਂਗੇ ਉਹ ਐਕਟਿਵ ਪਾਵਰ ਹੋ ਜਾਏਗੀ ਤੇ ਜੇ ਇਥੇ ਦੋ ਮੀ ਨਾ ਲਿਖਾਂਗੇ ਉਹ ਕਿਹੜੀ ਪਾਵਰ ਹੈ ਐਪਰੰਟ ਪਾਵਰ ਹੈ ਓਕੇ ਨੈਕਸਟ ਹੈ ਫਾਰ ਇੰਪਰੂਵਿੰਗ ਅਰਥਿੰਗ ਰੈジਸਟੈਂਸ ਇਫ ਐਨ ਐਡੀਸ਼ਨਲ ਅਰਥਿੰਗ ਇਜ਼ ਰਿਕਵਾਇਰਡ ਸੋ ਥੈਟ ਇਟ ਸ਼ੁੱਡ ਬੀ ਕਨੈਕਟਡ ਵਿਦ ਐਗਜ਼ਿਸਟਿੰਗ ਅਰਥਿੰਗ ਇਨ ਕਿ ਆਪਾਂ ਜੇਕਰ ਇੰਪਰੂਵ ਕਰਨੀ ਹੈ ਅਰਥਿੰਗ ਰੈジਸਟੈਂਸ ਅਰਥਿੰਗ ਰੈジਸਟੈਂਸ ਇੰਪਰੂਵ ਕਰਨ ਦਾ ਮਤਲਬ ਕੀ ਹੈ ਕਿ ਰੈジਸਟੈਂਸ ਆਪਾਂ ਘਟਾਉਣੀ ਹੈ ਤੇ ਜਿਹੜੀ ਆਪਾਂ ਇਹਦੇ ਵਿੱਚ ਮਤਲਬ ਯੂਜ਼ ਕਰਾਂਗੇ ਕਿਸ ਤਰੀਕੇ ਦੇ ਨਾਲ ਕਨੈਕਟ ਕਰਾਂਗੇ ਮਤਲਬ ਕਿਸ ਤਰ੍ਹਾਂ ਆਪਾਂ ਕਰ ਸਕਦੇ ਆ ਰਜਿਸਟੈਂਸ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਐਡ ਕਰ ਸਕਦੇ ਆ ਓਕੇ ਇਹਦੇ ਵਿੱਚ ਕੀ ਹੈ ਕਿ ਜਿਹੜੇ ਅਰਥ ਰੋਡ ਨੇ ਉਹਦੇ ਪੈਰਲਰ ਦੇ ਵਿੱਚ ਠੀਕ ਹੈ ਰਜਿਸਟੈਂਸ ਆਪਾਂ ਐਡ ਕਰ ਦਾਂਗੇ ਠੀਕ ਹੈ ਉਹ ਉਹਦੇ ਪੈਰਲਰ ਦੇ ਵਿੱਚ ਉਹਨੂੰ ਐਡ ਕਰਾਂਗੇ ਕਿਉਂਕਿ ਉਹਦੇ ਨਾਲ ਇਫੈਕਟਿਵ ਰਜਿਸਟੈਂਸ ਘੱਟ ਜਾਏਗੀ ਨਾ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਮੰਨ ਲਓ ਇਹ 4 ਓਮ ਦੀ ਹੈ ਇਹ ਵੀ 4 ਓਮ ਹੈ ਤਾਂ ਟੋਟਲ ਰਜਿਸਟੈਂਸ ਕਿੰਨੀ ਹੋਗੀ 4 4 8 ਦੋਨੇ ਪਲੱਸ ਹੋ ਗਏ ਨਾ 16 8 ਕਿੰਨੀ ਰਹਿ ਗਈ 2 ਓਮ ਠੀਕ ਹੈ ਜਦੋਂ ਪੈਰਲਰ ਦੇ ਵਿੱਚ ਆਪਾਂ ਰੈਜ਼ਿਸਟੈਂਸ ਐਡ ਕਰਾਂਗੇ ਉਹਦੇ ਨਾਲ ਕੀ ਆ ਉਹਦੇ ਨਾਲ ਕੀ ਹੋਏਗਾ ਜਿਹੜੀ ਓਵਰਆਲ ਰੈਜ਼ਿਸਟੈਂਸ ਆ ਘਟ ਜੇਗੀ ਠੀਕ ਹੈ ਇਹਦੀ ਸਹੀ ਆਪਸ਼ਨ ਕੀ ਹੈ ਬੀ ਨੈਕਸਟ ਕੀ ਹੈ ਇਸ ਸਰਕਟ ਬ੍ਰੇਕਰ ਇਜ਼ ਆll of these ਸਾਰੇ ਕੰਮ ਹੀ ਕਰ ਦਿੰਦਾ ਨੈਕਸਟ ਬੈਕਅਪ ਪ੍ਰੋਟੈਕਸ਼ਨ ਇਜ਼ ਜਨਰਲੀ ਏਮਪਲੋਇਡ ਫਾਰ ਦੀ ਪ੍ਰੋਟੈਕਸ਼ਨ ਅਗੇਂਸਟ ਬੈਕਅਪ ਪ੍ਰੋਟੈਕਸ਼ਨ ਆਲ ਆਫ ਥੀਸ ਬੈਕਅਪ ਪ੍ਰੋਟੈਕਸ਼ਨ ਕੀ ਹੁੰਦੀ ਹੈ ਬੈਕਅਪ ਪ੍ਰੋਟੈਕਸ਼ਨ ਇੱਕ ਬੇਸਿਕਲੀ ਇੱਕ ਪ੍ਰੋਟੈਕਸ਼ਨ ਹੁੰਦੀ ਹੈ ਜਿਹੜੀ ਜਦੋਂ ਮੇਨ ਪ੍ਰੋਟੈਕਸ਼ਨ ਕੰਮ ਨਾ ਕਰੇ ਫੇਲ ਹੋ ਜੇ ਤੇ ਉਦੋਂ ਬੈਕਅਪ ਪ੍ਰੋਟੈਕਸ਼ਨ ਜਿਹੜੀ ਆ ਉਹ ਵਰਕ ਕਰੇਗੀ ਓਕੇ ਬੈਕਅਪ ਪ੍ਰੋਟੈਕਸ਼ਨ ਨੂੰ ਆਪਾਂ ਸੈਕੰਡ ਲਾਈਨ ਡਿਫੈਂਸ ਵੀ ਕਹਿੰਦੇ ਆ ਸਪੋਜ਼ ਕਰੋ ਆ ਬੈਕਅਪ ਪ੍ਰੋਟੈਕਸ਼ਨ ਹੈ ਇਹਨੇ ਨਹੀਂ ਕੰਮ ਕੀਤਾ ਇੱਕ ਹੋਰ ਪ੍ਰੋਟੈਕਸ਼ਨ ਇੱਥੇ ਦਿੱਤੀ ਹੋਈ ਹੈ ਜਿਹੜੀ ਮਤਲਬ ਸਾਡੀ ਅਪਲਾਈਅੰਸ ਨੂੰ ਸਾਡੇ ਇਕਪਮੈਂਟ ਨੂੰ ਡੈਮੇਜ ਹੋਣ ਤੋਂ ਬਚਾ ਲੇਗੀ ओके ਇਸ ਕਰਕੇ ਕਿ ਇਹ ਸਾਰੇ ਮਤਲਬ ਬੈਕਅਪ ਪ੍ਰੋਟੈਕਸ਼ਨ ਸਾਰੇ ਫਾਲਟਸ ਤੋਂ ਸਾਨੂੰ ਬਚਾਉਂਦੀ ਹੈ ਨੈਕਸਟ ਇੰਡਕਸ਼ਨ ਰਿਲੇਜ਼ ਆਰ ਯੂਜ਼ਡ ਵਿਦ ਏਸੀ ਕੁਆਂਟੀਟੀਆਂ ਓਨਲੀ ਜਿੱਥੇ ਇੰਡਕਸ਼ਨ ਦੀ ਗੱਲ ਹੋ ਗਈ ਇੰਡਕਸ਼ਨ ਹੁੰਦੀ ਏਸੀ ਦੇ ਵਿੱਚ ਆ ਡੀਸੀ ਦੇ ਚ ਇੰਡਕਸ਼ਨ ਨਹੀਂ ਹੁੰਦੀ ਨੈਕਸਟ 200 ਵੋਲਟ 100 ਵਾਟ ਐਂਡ 220 ਵੋਲਟ 220 ਵੋਲਟ 100 ਵਾਟ and 220 volt 440 volt bulbs are connected in series across 220 volt dc supply which मतलब will burn with bright brighter light ke sade ko do bulb ne ek 220 volt te 100 watt da hai ek 220 volt 40 watt da hai okay je innu apna series ch connect karde ge te eh 220 volt jehdi aa us dc supply de diye ਤੇ ਇਹਨਾਂ ਚ ਕਿਹੜਾ ਬਲਬ ਜਿਹੜਾ ਜ਼ਿਆਦਾ ਬ੍ਰਾਈਟ ਜਗੇਗਾ ਕਿਹੜਾ ਬਲਬ ਜ਼ਿਆਦਾ ਮਤਲਬ ਗਲੋ ਕਰੇਗਾ ਸਿੰਪਲ ਜੀ ਗੱਲ ਹੈ ਜਿਹੜੀ ਪਾਵਰ ਹੁੰਦੀ ਹੈ ਉਹ ਰੈਜ਼ਿਸਟੈਂਸ ਦੇ ਇਨਵਰਸਲੀ ਪ੍ਰੋਪੋਰਸ਼ਨਲ ਹੁੰਦੀ ਹੈ ਹੁਣ ਇਹਨਾਂ ਦੋਵਾਂ ਚ ਰੈਜ਼ਿਸਟੈਂਸ ਕਿਹਦੀ ਜ਼ਿਆਦਾ ਹੋਏਗੀ ਠੀਕ ਹੈ ਰੈਜ਼ਿਸਟੈਂਸ ਸਿੰਪਲੀ 40 ਵੋਟ ਦੀ ਜ਼ਿਆਦਾ ਹੋਗੀ ਕਿਉਂਕਿ 40 ਵੋਟ ਜਿਹੜਾ ਵਾ ਉਹ ਇਨਵਰਸਲੀ ਪ੍ਰੋਪੋਰਸ਼ਨਲ ਹੋ ਗਿਆ ਓਕੇ ਠੀਕ ਹੈ ਨਾ 40 ਵੋਟ ਦੀ ਜਿਹੜੀ ਰੈਜ਼ਿਸਟੈਂਸ ਜ਼ਿਆਦਾ ਹੋਗੀ ਜੇᱫੋ 40 ਵਾਟ ਦੀ ਰੈジਸਟੈਂਸ ਉਹ ਜ਼ਿਆਦਾ ਹੋਈ ਤੇ ਉਹਦੇ ਨਾਲ ਕੀ ਹੈ ਇਹਦੇ ਅਕ੍ਰੋਸ ਜੇ ਆਪਾਂ ਵੋਲਟੇਜ ਨੂੰ ਡਿਵਾਈਡ ਕਰਾਂਗੇ ਵੋਲਟੇਜ ਡਿਵਾਈਡ ਕਿਉਂ ਕਰੰਟ ਕਨਸਟੈਂਟ ਹੈ ਕਰੰਟ ਜਿਹੜਾ ਵਾ ਉਹ ਕਨਸਟੈਂਟ ਹੁੰਦਾ ਹੈ ਜਦੋਂ ਵੋਲਟੇਜ ਨੂੰ ਡਿਵਾਈਡ ਕਰਾਂਗੇ ਤੇ ਜਿਹਦੀ ਜਿਹਦੀ ਜ਼ਿਆਦਾ ਰੈジਸਟੈਂਸ ਹੈ ਉਹਦੇ ਅਕ੍ਰੋਸ ਜ਼ਿਆਦਾ ਵੋਲਟੇਜ ਆਏਗੀ ਤੇ ਜ਼ਿਆਦਾ ਰੈジਸਟੈਂਸ ਕਿਹਦੀ 40 ਵਾਟ ਦੀ ਇਸ ਕਰਕੇ ਇਹਦੇ ਅਕ੍ਰੋਸ ਜ਼ਿਆਦਾ ਵੋਲਟੇਜ ਆ ਗਈ ਤੇ ਇਸ ਕਰਕੇ ਜਿਹੜਾ 40 ਵਾਟ ਦਾ ਬਲਬ ਹੋਏਗਾ ਉਹ ਜ਼ਿਆਦਾ ਗਲੋ ਕਰੇਗਾ 40 ਵਾਟ ਦਾ ਬਲਬ ਜਿਹੜਾ ਵਾ ਉਹ ਜ਼ਿਆਦਾ ਗਲੋ ਕਰੇਗਾ ਨੈਕਸਟ ਇਜ਼ ਦੀ ਆਊਟਪੁੱਟ ਆਫ ਅ ਰੈਗੂਲੇਟਰਡ ਪਾਵਰ ਸਪਲਾਈ ਰੈਗੂਲੇਟਰ ਪਾਵਰ ਸਪਲਾਈ ਦਾ ਕੰਮ ਕੀ ਹੈ ਆਊਟਪੁੱਟ ਕਿਸ ਕਿਸ ਤਰੀਕੇ ਦੀ ਸਾਨੂੰ ਦਿੰਦੀ ਹੈ ਇਹ ਸਾਨੂੰ ਦੇਗੀ ਆਊਟਪੁੱਟ ਰਮੇਨਸ ਕਨਸਟੈਂਟ ਇਰਰਸਪੈਕਟਿਵ ਆਫ ਚੇਂਜ ਇਨ ਇਨਪੁੱਟ ਏਸੀ ਸਪਲਾਈ ਰੈਗੂਲੇਟਰਡ ਪਾਵਰ ਸਪਲਾਈ ਕੀ ਕਰਦੀ ਹੈ ਸਾਨੂੰ ਕਨਸਟੈਂਟ ਆਊਟਪੁੱਟ ਦੇਗੀ ਤੇ ਇਨਪੁੱਟ ਸਪਲਾਈ ਜਿੱਦਾਂ ਦੀ ਮਰਜ਼ੀ ਆਉਂਦੀ ਹੈ ਘਟਦੀ ਪਈ ਹੈ ਵਧਦੀ ਪਈ ਹੈ ਉਸ ਚੀਜ਼ ਨਾਲ ਫਰਕ ਨਹੀਂ ਪਏਗਾ ਬਟ ਆਊਟਪੁੱਟ ਤੇ ਸਾਨੂੰ ਜਿਹੜੀ ਹੈ ਕਨਸਟੈਂਟ ਸਪਲਾਈ ਮਿਲੇਗੀ ਰੈਗੂਲੇਟਰਡ ਪਾਵਰ ਸਪਲਾਈ ਦੇ ਵਿੱਚ नैक्सट अ कोमनली यूज पोली फेज सिस्टम इन इंडिया इज थ्री फेज थ्री फेज आप यूज करते हैं नैक्सट विच लॉजिक फंक्शन हैज द आउटपुट लो वैन इनपुट्स आर हाई ए नैंड गेट ही है ठीक है नैंड गेट ठीक है हम जी आप एंड गेट दिया। दोनों इनपुट हाई कर दी एंड गेट दोनों मल्टीप्लाई होंगे ने वन जो आप ऑरगेट की करिए वन प्लस वन ਠੀਕ ਹੈ ਇਹ ਵੀ 1 ਆ ਗਈ ਹੁਣ ਜਦੋਂ ਨੈਂਡ ਗੇਟ ਨੂੰ ਆਪਾਂ ਕੀਤਾ ਨੈਂਡ ਗੇਟ ਦੇ ਵਿੱਚ ਜਿਹੜੀ ਆਉਟਪੁੱਟ ਹੋ 0 ਹੋ ਜਣੀ ਹੈ ਕਿਉਂਕਿ ਨੈਂਡ ਗੇਟ ਇੱਕ ਤਰ੍ਹਾਂ ਦਾ ਐਂਡ ਗੇਟ ਹੀ ਆ ਠੀਕ ਹੈ ਨਾ ਇੱਕ ਤਰ੍ਹਾਂ ਦਾ ਉਹ ਐਂਡ ਗੇਟ ਹੀ ਆ ਸਿੰਪਲ ਜਿਹਾ ਆਪਾਂ ਗੱਲ ਕਰੀਏ ਤੇ ਉਹ ਕੀ ਕਰਦਾ ਵਾ ਜਿਹੜੀ ਇਨਪੁੱਟ ਜੇ ਹਾਈ ਏ ਤਾਂ ਆਉਟਪੁੱਟ ਨੇ ਲੋ ਦੇਣੀ ਹੈ ਓਕੇ ਐਂਡ ਗੇਟ ਕੀ ਆ ਇੱਕ ਤਰ੍ਹਾਂ ਦਾ ਇੱਥੇ ਨਾਟ ਗੇਟ ਲੱਗਾ ਹੁੰਦਾ ਏ ਠੀਕ ਹੈ ਜੇ ਮੰਨ ਲਓ ਐਂਡ ਐਂਡ ਪਲੱਸ ਨੋਟ ਗੇਟ ਮਿਲ ਕੇ ਨੈਂਡ ਗੇਟ ਬਣਾਉਂਦੇ ਨੇ ਜੇ ਐਂਡ ਗੇਟ ਦੀ ਆਉਟਪੁੱਟ ਜਿਹੜੀ ਆ ਉਹ 1 ਨੇ ਤੇ ਨੋਟ ਗੇਟ ਨੇ ਉਸ ਆਉਟਪੁੱਟ ਨੂੰ 0 ਕਰ ਦੇਣਾ ਹੈ ਓਕੇ ਇਸ ਕਰਕੇ ਜਿਹੜੀ ਨੈਂਡ ਗੇਟ ਵਾ ਉਹ ਸਹੀ ਆਪਸ਼ਨ ਹੈ ਨੈਕਸਟ ਹਾਫ ਐਡਰ ਹੈਜ਼ ਹਾਫ ਐਡਰ ਦੇ ਵਿੱਚ ਕੀ ਹੁੰਦਾ ਹੈ ਦੋ ਇਨਪੁੱਟਸ ਦੇਣੇ ਆਪਾਂ A ਤੇ B ਠੀਕ ਹੈ ਦੋ ਹੀ ਆਉਟਪੁੱਟ ਨੇ ਦੇਣੇ ਜਿਹੜਾ ਸਮ ਆ ਗਿਆ ਤੇ ਇੱਕ ਜਿਹੜੀ ਕੈਰੀ ਆ ਗਈ ਇਸ ਕਰਕੇ ਜਿਹੜਾ ਸਹੀ ਆਪਸ਼ਨ ਕੀ ਹੈ B टू इनपुट्स एंड टू आउटपुट्स नेक्स्ट है फॉर चेकिंग ऑफ इंसुलेशन रजिस्टेंस वी नीड आ फाइव हंड्रड वोल्ट मैगर मैगर के ना अपना इंसुले रजिस्टेंस या फिर वेरी हाई रजिस्टेंस इन दर्डर ऑफ मैगाम जो सा रजिस्टेंस जी मैगाम दंसुलेशन रजिस्टेंस है वनूँ मैगर के चैक करा इस करके सही ऑप्शन की है सी नैक्सट द इलेक्ट्रोमोटिव फोरसिज यही ऑप्शन है डी ਦੀ ਵੋਲਟੇਜ ਪ੍ਰੋਡਿਊਸਡ ਬਾਏ ਅ ਵੋਲਟੇਜ ਸੋਰਸ ਕਿਉਂਕਿ ਦੋਨੋਂ ਸੇਮ ਸੇਮ ਹੀ ਨੇ ਈਐਮਐਫ ਦਾ ਕੰਮ ਵੀ ਇਹੀ ਹੁੰਦਾ ਕਰੰਟ ਨੂੰ ਫਲੋ ਕਰਾਉਣਾ ਸਰਕਟ ਦੇ ਵਿੱਚੋਂ ਠੀਕ ਹੈ ਈਐਮਐਫ ਕਾਜ਼ਸ ਫਲੋ ਆਫ ਇਲੈਕਟ੍ਰਿਕ ਕਰੰਟ ਇਨ ਦੀ ਸਰਕਟ ਠੀਕ ਹੈ ਇਲੈਕਟ੍ਰੋ ਮੋਟਿਵ ਫੋਰਸ ਤੇ ਇਸ ਕਰਕੇ ਕੀ ਹੈ ਵੋਲਟੇਜ ਪ੍ਰੋਡਿਊਸ ਬਾਏ ਅ ਵੋਲਟੇਜ ਸੋਰਸ ਵੋਲਟੇਜ ਸੋਰਸ ਜਿਹੜੀ ਈਐਮਐਫ ਵੋਲਟੇਜ ਪ੍ਰੋਡਿਊਸ ਕਰਦਾ ਪਿਆ ਵਾ ਉਹ ਇਲੈਕਟ੍ਰੋਮੋਟਿਵ ਫੋਰਸ ਹੈ ਨੈਕਸਟ ਇਜ਼ ਦੀ ਐਫੀਸ਼ੀਐਂਸੀ ਆਫ ਅ ਟ੍ਰਾਂਸਮਿਸ਼ਨ ਲਾਈਨ ਇਜ਼ ਹੁਣ ਐਫੀਸ਼ੀਐਂਸੀ ਤੇ ਕੀ ਇਫੈਕਟ ਪਏਗਾ ਇਨਕਰੀਜ਼ ਵਿਦ ਇਨਕਰੀਜ਼ ਇਨ ਲੋਡ ਪਾਵਰ ਫੈਕਟਰ ਹੁਣ ਇੰਡੀਪੈਂਡੈਂਟ ਆਫ ਲੋਡ ਇਹ ਵੀ ਗਲਤ ਹੈ ਕਿਉਂਕਿ ਜੇ ਲੋਡ ਇੰਡੀਪੈਂਡੈਂਟ ਲੋਡ ਦੇ ਨਾਲ ਫਰਕ ਪੈਂਦਾ ਹੈ ਐਫੀਸ਼ੀਐਂਸੀ ਤੇ ਸੈਕੰਡ ਕੀ ਹੈ ਇਨਕਰੀਜ਼ ਵਿਦ ਡਿਕਰੀਜ਼ ਇਨ ਲੋਡ ਪਾਵਰ ਫੈਕਟਰ ਇਹ ਵੀ ਗਲਤ ਹੈ ਕਿ ਜੇਕਰ ਪਾਵਰ ਫੈਕਟਰ ਘਟੇਗਾ ਤੇ ਇਨਕਰੀਜ਼ ਹੋਏਗੀ ਨੋ ਇਹਦੀ ਸਹੀ ਆਪਸ਼ਨ ਕੀ ਹੈ ਜੇਕਰ ਪਾਵਰ ਫੈਕਟਰ ਠੀਕ ਹੈ ਘਟੇਗਾ ਵਧੇਗਾ ਸੌਰੀ ਪਾਵਰ ਫੈਕਟਰ ਇੰਪਰੂਵ ਹੋਏਗਾ ਉਹਦੇ ਨਾਲ ਐਫੀਸ਼ੀਐਂਸੀ ਵੀ ਵਧੇਗੀ नैक्सट वोल्टेज इज अ फॉर्म ऑफ पोटेंशियल एनर्जी पोटेंशियल एनर्जी ए ऑप्शन बिल्कुल सही है नेक्स्ट है व्हेन टू बैटरीज ऑफ इक्वल वोल्टेजेस आर कनेक्टेड इन पैरेलल ईएमएफ ऑफ द कंबिनेशन विल बी इक्वल टू य सही ऑप्शन है नन ऑफ दफ ऑफ समॉल बैटरी ई एम एफ ऑफ लार्ज बैटरी एवरेज ई एम एफ ऑफ द टू बैटरीज यार ऑप्शन गलत नहीं ਕਿਉਂਕਿ ਜਦੋਂ ਆਪਾਂ ਇਹਦੇ ਸਪੋਜ਼ ਕਰੋ ਆਹ ਬੈਟਰੀ ਲਾਈ ਹੈ ਇਹਦੀ 12 ਵੋਲਟ ਹੈ ਆਉਟਪੁਟ ਤੇ ਇਹਦੇ ਪੈਰਲਰ ਦੇ ਵਿੱਚ ਹੀ ਆਪਾਂ 7 8 ਵੋਲਟ ਦੀ ਬੈਟਰੀ ਲਗਾ ਦਾਂਗੇ ਉਹ ਕੀ ਹੋ ਜਾਏਗਾ ਸਾਰਾ ਸਿਸਟਮ ਖਰਾਬ ਹੋ ਜਾਏਗਾ ਜਨਰਲ ਬੈਟਰੀ ਵੀ ਡੈਮੇਜ ਹੋ ਸਕਦੀ ਹੈ ਓਕੇ ਨੈਕਸਟ ਲੈਂਪਸ ਆਰ 40 ਵੋਟ 100 ਵੋਟ ਐਂਡ 200 ਵੋਟ ਰੇਟਿੰਗ ਆਰ ਕਨੈਕਟਡ ਇਨ ਡਿਫਰੈਂਟ ਫੇਸਸ ਆਫ 3 ਫੇਸਸ 4 वायर सप्लाई इफ न्यूट्रल वायर ब्रेक देन द लैंप लाइकली टू फ्यूज फर्स्ट विल बी ਕਿਹੜਾ ਬਲਬ ਜਿਹੜਾ ਵਾ ਉਹ ਪਹਿਲਾਂ ਫਿਊਜ਼ ਹੋਏਗਾ ਇਹ ਇਹਦੇ ਵਿੱਚ ਆਪਾਂ ਗੱਡਣਾ ਹੈ ਹੁਣ ਦੇਖੋ ਜਿਹੜੀ R1 ਨੇ ਠੀਕ ਹੈ R1 ਕਿਹਦੇ ਇਕੁਅਲ ਹੁੰਦੀ ਏ V² P1 ਓਕੇ ਤੇ ਹੁਣ V² P1 P1 ਕਿੰਨਾ ਆ ਗਿਆ ਸਾਡੇ ਕੋਲ 40 ए P140 सिमिलरली R2 V2 डिवाइडेड बाय 100 R3 V2 डिवाइडेड बाय 200 ਹੁਣ ਪਹਿਲਾਂ ਮੈਂ ਕੀ ਦੱਸਿਆ ਸੀ ਤੁਹਾਨੂੰ ਇਹ ਜਿਹੜੇ ਪਿੱਛੇ ਨੰਮਰਿਕਲ ਕਰਕੇ ਆਏ ਆ ਕਿ ਜੇਕਰ ਪਾਵਰ ਘਟੇ ਤੇ ਰੈਜ਼ਿਸਟੈਂਸ ਹੋ ਗਈ ਜ਼ਿਆਦਾ ਜੇਕਰ ਰੈਜ਼ਿਸਟੈਂਸ ਜ਼ਿਆਦਾ ਹੈ ਸਪੋਜ਼ ਕਰੋ ਰੈਜ਼ਿਸਟੈਂਸ ਇਹਨਾਂ ਦੇ ਵਿੱਚੋਂ ਕਿਹਦੀ ਜ਼ਿਆਦਾ ਹੋ ਗਈ R1 ਦੀ ਠੀਕ ਹੈ ਓਕੇ R1 ਦੀ ਤੇ ਜਿਹੜੇ R3 ਉਹਦੀ ਸਭ ਤੋਂ ਘੱਟ ਰੈਜ਼ਿਸਟੈਂਸ ਹੈ ਜਿੱਥੇ ਜ਼ਿਆਦਾ ਰੈਜ਼ਿਸਟੈਂਸ ਹੈ ਉਹਦੇ ਅਕ੍ਰੋਸ ਜ਼ਿਆਦਾ ਵੋਲਟੇਜ ਹੋਏਗੀ ਜਿੱਤੇ ਜੇਦੀ ਜ਼ਿਆਦਾ ਰੈਜ਼ਿਸਟੈਂਸ ਹੈ ਉਹਦੇ ਅਕ੍ਰੋਸ ਜ਼ਿਆਦਾ ਵੋਲਟੇਜ ਹੋਗੀ ਤੇ ਜਿਤੋਂ ਜ਼ਿਆਦਾ ਵੋਲਟੇਜ ਹੋਗੀ ਤੇ ਉਹ ਚੀਜ਼ ਪਹਿਲਾਂ ਡੈਮੇਜ ਹੋ ਜਾਏਗੀ ਮੰਨ ਲਓ ਚੱਲਣ ਤੇ ਉਹ ਦੇਖਿਆ ਜਾਵੇ ਕਿ 440 ਵੋਲਟ ਮਿਲ ਗਿਆ ਨਾ ਉਹਨੂੰ ਬਲਬ ਨੂੰ 3 ਫੇਸ ਤੇ ਜਦੋਂ ਆਪਾਂ ਕਨੈਕਟ ਕੀਤਾ ਤੇ ਜਿਹਦੀ ਰੈਜ਼ਿਸਟੈਂਸ ਜ਼ਿਆਦਾ ਹੋਈ ਉਹ ਪਹਿਲਾਂ ਫਿਊਜ਼ ਹੋ ਜਾਏਗਾ ਜ਼ਿਆਦਾ ਰੈਜ਼ਿਸਟੈਂਸ ਕਿਹਦੀ ਹੈ 40 ਵੋਟ ਵਾਲੇ ਦੀ ਹੈ ਇਸ ਕਰਕੇ ਸਹੀ ਆਪਸ਼ਨ ਕੀ ਹੈ 40 ਵੋਟ ਨੈਕਸਟ ਐਕਟ the condition of maximum power transfer the efficiency of the circuit becomes 50% ਕਿੰਨੀ ਐਫੀਸ਼ੀਐਂਸੀ ਰਹਿ ਜਾਂਦੀ ਏ 50% ਰਹਿ ਜਾਂਦੀ ਏ ਨੈਕਸਟ 8 cells are connected in series 8 ਸੈਲ ਸੀਰੀਜ਼ ਦੇ ਵਿੱਚ ਲੱਗੇ ਹੋਏ ਨੇ 2 external resistance of 4 ohm ਜਿਹੜੀ ਐਕਸਟਰਨਲ ਰੈਜ਼ਿਸਟੈਂਸ ਹੈ ਉਹਦੀ ਵੈਲਿਊ ਕਿੰਨੀ ਹੈ 4 ohm ਹੈ but one of cells is connected in opposition ਸ 8 ਸੈਲਾਂ ਦੇ ਵਿੱਚੋਂ ਇੱਕ ਜਿਹੜਾ ਸੈਲ ਵਾ ਉਹ ਆਪੋਜ਼ਿਟ ਲੱਗਾ ਹੋਇਆ ਮਤਲਬ ਉਹਦੀ ਪੋਲੈਰਿਟੀ ਜਿਹੜੀ ਉਲਟੇ ਬਾਕੀ ਸੈਲਜ਼ ਨਾਲੋਂ ਇਫ ਦੀ ਈਐਮਐਫ ਐਂਡ ਇੰਟਰਨਲ ਰੈਜ਼ਿਸਟੈਂਸ ਆਫ ਈ ਸੈਲ ਇਜ਼ 2 ਵੋਲਟ ਮਤਲਬ ਹਰੇਕ ਸੈਲ ਦੀ 2 ਵੋਲਟ ਈਐਮਐਫ ਹੈ ਤੇ 2 ਓਮੀ ਇੰਟਰਨਲ ਰੈਜ਼ਿਸਟੈਂਸ ਹੈ ਦਾ ਕਰੰਟ ਇਨ ਦੀ ਰੈਜ਼ਿਸਟਰ ਆਫ 4 ਓਮ ਵਿਲ ਬੀ ਹੁਣ ਆਪਾਂ ਇਹ ਦੇਖਣਾ ਹੈ ਕਰੰਟ ਕਿੰਨਾ ਫਲੋ ਕਰੇਗਾ 4 ਓਮ ਰੈਜ਼ਿਸਟੈਂਸ ਦੇ ਵਿੱਚੋਂ ਓਕੇ ਸਭ ਤੋਂ ਪਹਿਲਾਂ ਕੀ ਇਹਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਟੋਟਲ ਸਰਕਟ ਕੋ ਸੈਲਸ ਕਿੰਨੇ ਨੇ 8 ਠੀਕ ਹੈ ਸੱਤ ਸੈਲ ਜਿਹੜੇ ਆ ਇੱਕ ਡਾਇਰੈਕਸ਼ਨ ਦੇ ਵਿੱਚ ਲੱਗੇ ਹੋਏ ਆ ਟੂ ਕਿੱਥੋਂ ਆਇਆ ਜਿਹੜੀ EMF ਦੀ ਵੈਲਿਊ ਦਿੱਤੀ ਹੋਈ ਹੈ ਉਹਨਾਂ ਨੇ ਤੇ ਇੱਕ ਸੈਲ ਜਿਹੜਾ ਵਾ ਆਪੋਜ਼ਿਟ ਲੱਗਾ ਹੋਇਆ ਵਾ ਕਿੰਨਾ ਗਿਆ 14 2 ਕਿੰਨਾ ਕਿੰਨੀ ਵੋਲਟੇਜ ਆ ਗਈ 12 ਵੋਲਟ ਇਹ ਤਾਂ ਮਤਲਬ ਆਉਟਪੁੱਟ ਵੋਲਟੇਜ ਕਿੰਨੀ ਹੈ 12 ਠੀਕ ਹੈ ਫਿਰ ਉਸ ਤੋਂ ਬਾਅਦ ਟੋਟਲ ਇੰਟਰਨਲ ਰੈਜ਼ਿਸਟੈਂਸ ਟੋਟਲ ਇੰਟਰਨਲ ਰੈਜ਼ਿਸਟੈਂਸ ਇੰਟਰਨਲ ਰੈਜ਼ਿਸਟੈਂਸ ਕਿੰਨੀ ਆ ਗਈ ਹੈ 8 ਸੈਲਾਂ ਦੀ ਹੀ 8 2 16 ਕਿਉਂਕਿ ਰੈਜ਼ਿਸਟੈਂਸ ਥੋੜੀ ਘਟੇਗੀ ਉਹ ਤੇ ਮਤਲਬ ਵੋਲਟੇਜ ਘਟ ਸਕਦੀ ਹੈ ਰੈਜ਼ਿਸਟੈਂਸ ਤੇ ਸੇਮ ਰਹਿਣੀ ਹੈ 16 ਓਮ ਆ ਗਿਆ ਏਕਸਟਰਨਲ ਰੈਜ਼ਿਸਟੈਂਸ ਕਿੰਨੀ ਹੈ ਏਕਸਟਰਨਲ ਰੈਜ਼ਿਸਟੈਂਸ ਇਹਦੀ ਵੈਲਿਊ ਆ ਗਈ ਹੈ 4 ਓਮ ਠੀਕ ਹੈ ਹੁਣ ਟੋਟਲ ਰੈਜ਼ਿਸਟੈਂਸ ਕੱਢ ਲਈਏ ਟੋਟਲ ਰੈਜ਼ਿਸਟੈਂਸ ਆ ਜੇਗੀ 16 4 20 ਓਮ ਠੀਕ ਹੈ ਹੁਣ करंट करना है आई इक्वल टू वोल्टेज डिवाइडेड बाय रेजिस्टेंस पॉइंट सिक्स एम्पीयर ये सही ऑप्शन की है ए पॉइंट सिक्स एम्पीयर जीरो पॉइंट सिक्स एम्पीयर नेक्स्ट है एन इलेक्ट्रिक हीटर ऑफ टू हंड्रेड वोल्ट वन थाउजेंड वोल्ट रेटिंग जूज अ नाइक्रोम वायर ऑफ रजिस्टेंस जीरो पॉइंट फाइव फॉम पर मीटर द रिकाय लेंथ ऑफ द वायर विल बी आप ਉਦੀ ਲੈਂਥ ਕੜਨੀ ਹੈ ਨਾਈਕ੍ਰੋਮ ਵਾਇਰ ਦੀ ਕਿ ਕਿੰਨੀ ਹੈ ਓਕੇ ਫਰਸਟ ਆਫ ਆਲ ਅਪਾ ਕੀ ਕਰਾਂਗੇ ਰੈਜ਼ਿਸਟੈਂਸ ਕੱਢ ਲਾਂਗੇ ਆਰ ਇਕੁਅਲ ਟੂ ਵੀ ਸਕੁਅਰ ਡਿਵਾਈਡਿਡ ਬਾਈ ਪੀ ਵੀ ਕਿੰਨਾ ਵਾ 200 ਦੀ ਸਕੁਅਰ ਕਰਦਾਂਗੇ ਤੇ ਪੀ ਕਿੰਨਾ ਵਾ 1000 1000 ਆ ਗਿਆ 40000 ਡਿਵਾਈਡਿਡ ਬਾਈ 1000 ਰੈਜ਼ਿਸਟੈਂਸ ਦੀ ਵੈਲਿਊ ਕਿੰਨੀ ਆ ਗਈ 40 ਓਮ ਰੈਜ਼ਿਸਟੈਂਸ ਦੀ ਵੈਲਿਊ ਕਿੰਨੀ ਆ ਗਈ 40 ਓਮ ਹੁਣ 40 ਓਮ ਇਕੁਅਲ ਟੂ रजिस्टेंस की है फोर्टी ओम इज इक्वल टू पॉइंट फाइव इंटू एल एल इज इक्वल टू फोर्टी डिवाइड बाय पॉइंट फाइव कि आ जाएगा साढ़े आ गया ओम एटी मीटर सॉरी ठीक है लेंथ है ना इस करके की आ जाएगा एटी मीटर ये साढ़ा की है सही आंसर है ओके नैक्सट है अ डेल्टा कनैक्शन ऑफ वन ओम ईच ब्रांच इज कन्वर्टेड इंटू स्टार कनैक्शन ਡੈਲਟਾ ਤੋਂ ਸਟਾਰ ਕਰਨਾ ਆਪਾਂ this star connection will have the value of each branch ਜੇਕਰ ਤੁਸੀਂ ਡੈਲਟਾ ਤੋਂ ਸਟਾਰ ਕਰਦੇ ਪਏ ਜੇ ਸਾਰਿਆਂ ਦੀ ਰੈਜ਼ਿਸਟੈਂਸ ਸੇਮ ਆ ਤੇ ਤੁਸੀਂ ਕੀ ਕਰੋਗੇ ਰੈਜ਼ਿਸਟੈਂਸ ਨੂੰ ਤਿੰਨ ਦੇ ਨਾਲ ਡਿਵਾਈਡ ਕਰ ਦੋਗੇ ਤੇ ਜੇਕਰ ਤੁਸੀਂ ਸਟਾਰ ਤੋਂ ਡੈਲਟਾ ਕਰਦੇ ਪਏ ਜੇ ਤੇ ਫਿਰ ਤਿੰਨ ਦੇ ਨਾਲ ਮਲਟੀਪਲਾਈ ਹੋ ਜਾਏਗੀ ਹੁਣ ਇਹ ਚ ਤੁਸੀਂ ਕੀ ਕੀਤਾ ਹੈ ਡੈਲਟਾ ਕਨੈਕਸ਼ਨ ਤੋਂ ਸਟਾਰ ਕਨੈਕਸ਼ਨ ਕੀਤਾ ਹੈ ਇਸ ਕਰਕੇ ਕੀ ਆ each ਰੈਜ਼ਿਸਟੈਂਸ ਦੀ ਵੈਲਿਊ ਕਿੰਨੀ 1 ਹੈ ਉਹਨੂੰ 3 ਦੇ ਨਾਲ ਡਿਵਾਈਡ ਕਰ ਦੋ ਜੇディ ਸਹੀ ਆਪਸ਼ਨ ਕੀ ਹੈ वन बाय थ्री ओम ठीक है ये ही एप्लीकेबल है ट्रिक जर रजिस्ट्रेंस जी दी है सेम है सारिया ब्रांचां सारिया सेम है फिर अदरवाइज नहीं इफ अ पावर ऑफ थर्टी मेगावाट इज टू बी ट्रांसमिटड ओवर अ डिस्टेंस ऑफ वन सिकसटी किलोमीटर डिजायरेबल ट्रांसमिशन वोल्टेज विल बी ਠੀਕ ਹੈ ਇਹ ਚ ਇੱਕ ਫਾਰਮੂਲਾ ਲੱਗੇਗਾ ਉਹਨੂੰ ਤੁਸੀਂ ਦੇਖ ਲਿਓ ਕਿੱਦਾਂ ਆਪਾਂ ਕੱਢਦੇ ਆ ਅਪਰੋਕਸਿਮੇਟ ਇਕਨੋਮਿਕਲ ਵੋਲਟੇਜ ਕਿੱਦਾਂ ਫਾਈਂਡ ਕਰਦੇ ਆ ਕੇਵੀ ਇਕਵਲ ਟੂ 5.5 ਅੰਡਰੂਟ ਜਿੰਨੇ ਕਿਲੋਮੀਟਰੇ ਉਹਨੂੰ 1.6 ਦੇ ਨਾਲ ਆਪਾਂ ਡਿਵਾਈਡ ਕਰ ਦੇਣਾ ਪਲੱਸ ਲੋਡ ਇਨ ਕੇਵੀਏ ਜਿੰਨਾ ਲੋਡ ਦਿੱਤਾ ਆਏ ਲੋਡ ਲੋਡ ਜਿੰਨਾ ਲੋਡ ਦਿੱਤਾ ਆਏ ਡਿਵਾਈਡਡ ਬਾਈ 150 ਓਕੇ ਤੇ ਇਹ ਕੀ ਆ ਜਾਏਗਾ 5.5 वैल्यूज़ पुट कर दो कि आ जाएगा एक सौ साठ डिवाइड बाय वन पॉइंट सिक्स प्लस थर्टी डिवाइड बाय टेन इसकी बार सिक्स आ जाएगा तो साढ़े को कटिंग करके कि वैल्यू आ गई पचानवे पॉइंट छब्बी पचानवे पॉइंट छब्बी के भी हूँ यदि जी लागे की वोल्टेज कि एक सौ दस वोल्ट ठीक है जी ऑप्शन देती है लागे दी की वोल्टेज कि एक सौ दस वोल्ट मतलब सही ऑप्शन की है सी एक सौ दस के 110 kV किलोवोल्ट ओके 110 kV नेक्स्ट है अब बस बार इज रेटेड बाय बस बार ਕਿਦਾਂ ਪਰ ਰੇਟ ਕਰਦੇ ਆ கரنٹ વોલ્టేజ్ ਫ੍ਰੀਕੁਐਂਸੀ ਐਂਡ ਸ਼ਾਰਟ ਸਰਕਟ கரنٹ ਸਾਰੇ ਪੈਰਾਮੀਟਰ ਜਿਹੜੇ ਆ ਉਹ ਦੇਖ ਕੇ ਖਰੀਦਦਾ ਇਹਨੂੰ नेक्स्ट है इन अ ট্রান্সਫਾਰਮਰ ऑपरेटिंग ਐਟ ਕਨਸਟੈਂਟ ਵੋਲਟੇਜ ਇਫ ਦੀ ਇਨਪੁਟ ਫ੍ਰੀਕੁਐਂਸੀ ਇਨਕਰੀਸਸ ਦਾ ਕੋਰ ਲਾਸਸ ਡਿਕਰੀਸਸ ਠੀਕ ਹੈ ਇਹਦੀ ਸਹੀ ਆਪਸ਼ਨ ਕੀ ਹੈ ਡਿਕਰੀਸਸ ਓਕੇ ਕਨਸਟੈਂਟ ਵੋਲਟੇਜ ਦਿੱਤੇ ਜੇਕਰ ਫ੍ਰੀਕਵੈਂਸੀ ਵਧੇਗੀ ਤੇ ਜਿਹੜੇ ਓਵਰAllResult ਲੌਸਿਸ ਆ ਉਹ ਘੱਟ ਹੋਣਗੇ ਕੋਰ ਲੌਸ ਜਿਹੜੇ ਉਹ ਘੱਟ ਹੋਣਗੇ ਦੀ ਨਿਊਕਲੀਅਰ ਪਾਵਰ ਪਲਾਂਟਸ ਹੈਵ ਹਾਈ ਇਨੀਸ਼ੀਅਲ ਕਾਸਟ ਹਾਈ ਮੇਨਟੇਨੈਂਸ ਕਾਸਟ ਲੋ ਆਪਰੇਸ਼ਨ ਕਾਸਟ ਇਹਦੀ ਸਹੀ ਆਪਸ਼ਨ ਹੈ 올 ਆਫ ਅਬਵ ਇਨੀਸ਼ੀਅਲ ਕਾਸਟ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਰੀਐਕਟਰ ਵਗੈਰਾ ਇੰਸਟਾਲ ਕਰਨੇ ਹੁੰਦੇ ਆ ਫਿਰ ਉਸ ਤੋਂ ਬਾਅਦ ਮੇਨਟੇਨੈਂਸ ਕਾਸਟ ਵੀ ਦਿਹਾਈਏ ਕਿਉਂਕਿ ਇਹਦੇ ਵਾਸਤੇ ਸਕਿਲਡ ਪਰਸਨਲ ਚਾਹੀਦੇ ਨੇ ਤੇ ਆਪਰੇਟਿੰਗ ਕਾਸਟ ਘਟੇ ਆਪਰੇਟਿੰਗ ਕਾਸਟ ਕਿਉਂਕਿ ਉਹਦੇ ਵਿੱਚ ਕਹਿ ਲੋ ਕਿ ਕਾਫੀ ਕਾਸਟ ਜਿਹੜੀ ਇਹਦੀ ਘਟ ਹੁੰਦੀ ਹੈ ਥਰਮਲ ਨਾਲ ਉਹਦੀ ਜਿਹੜੀ ਕਾਸਟ ਹੈ એનર્ਜੀ ਨੂੰ ਜਨਰੇਟ ਕਰਨ ਦੀ ਉਹ ਘਟੇ ਨੈਕਸਟ ਇ ਸ਼ੰਟ ਕੈਪੈਸਟਰ ਇਨ ਅ ਸਬਸਟੇਸ਼ਨ ਇਹ ਕੀ ਕਰਦੇ ਨੇ ਡਿਲੀਵਰ ਕਰਦੇ ਨੇ ਲੈਗਿੰਗ ਵਾਰਸ ਓਕੇ ਇਹਦੀ ਸਹੀ ਆਪਸ਼ਨ ਕੀ ਹੈ ਬੀ ਡਿਲੀਵਰ ਲੈਗਿੰਗ ਵਾਰਸ ਵਾਰ ਕੀ ਹੈ voltage ampere reactive next the total impedance of the earth continuity conductor ecc should be edi kinni value honi chahidi hai maximum edi value honi chahidi hai 1 theek hai should be 1 next hydrogen generators are generally employed to run at 500 rpm ਇਸ ਤੋਂ ਵੀ ਕਈ ਘੱਟ ਸਪੀਡ ਤੇ ਚੱਲਦੇ ਨੇ ਕਿਉਂਕਿ ਇਹਦੇ ਵਿੱਚ ਨੰਬਰ ਆਫ ਪੋਲਸ ਜਿਹੜੇ ਨਾ ਇਹ ਲੋ ਸਪੀਡ ਮਤਲਬ ਸਲੋ ਸਲੋ ਸਪੀਡ ਹੁੰਦੀ ਹੈ ਨਾ ਇਹ ਸਪੀਡ ਬਹੁਤ ਘੱਟ ਹੁੰਦੀ ਹੈ ਜੇ ਸਪੀਡ ਘੱਟ ਹੋਏਗੀ ਤੇ ਸਾਨੂੰ ਨੰਬਰ ਆਫ ਪੋਲਸ ਜਿਹੜੇ ਉਹ ਜ਼ਿਆਦਾ ਕਰਨੇ ਪੈਣਗੇ ਇਹਨਾਂ ਜਿਹੜਾ ਡਾਇਮੀਟਰ ਹੁੰਦਾ ਨਾ ਉਹ ਬਹੁਤ ਵੱਡਾ ਹੁੰਦਾ ਹੈ ਠੀਕ ਹੈ ਤੇ ਜਿਹੜੀ ਇਹਨਾਂ ਦੀ ਐਕਸਲ ਲੈਂਥ ਹੋਏਗੀ ਉਹ ਛੋਟੀ ਹੋਏਗੀ ਹਾਈਡਰੋ ਪਾਵਰ ਪਲਾਂਟ ਦੇ ਵਿੱਚ ਜਿਹੜੇ ਆਪਾਂ ਜਨਰੇਟਰਸ ਯੂਜ਼ ਕਰਦੇ ਆ ਉਹਨਾਂ ਦੀ ਗੱਲ ਕਰਦੇ ਪਏ ਆ ਓਕੇ ਤੇ ਇਹਦੇ ਨੰਬਰ ਪੋਲਸ ਵੀ ਜ਼ਿਆਦਾ ਹੋਣਗੇ ਓਕੇ ਤੇ ਇਹ ਸਲੋ ਲੋ ਸਪੀਡ ਤੇ ਜਨਰੇਟਰ ਜਿਹੜੇ ਵਰਕ ਕਰਦੇ ਨੇ ਨੈਕਸਟ ਇੰਡਕਸ਼ਨ ਜਨਰੇਟਰਸ ਡਿਲੀਵਰ ਪਾਵਰ ਐਟ ਲੀਡਿੰਗ ਪਾਵਰ ਫੈਕਟਰ ਓਨਲੀ ਲੀਡਿੰਗ ਪਾਵਰ ਫੈਕਟਰ ਓਨਲੀ ਜੇਕਰ ਪਾਵਰ ਫੈਕਟਰ ਲੀਡਿੰਗ ਹੋਏਗਾ ਤਾਂ ਹੀ ਡਿਲੀਵਰ ਕਰਨਗੇ ਪਾਵਰ ਹੈਲੋ ਹੈਲੋ ਹਾਂਜੀ ਨੈਕਸਟ ਐਨ ਐਸ ਯੂ ਆਰ ਇਜ਼ 3 ਲੇਅਰ 3 ਟਰਮੀਨਲ ਡਿਵਾਈਸ 3 ਲੇਅਰ 4 ਟਰਮੀਨਲ ਡਿਵਾਈਸ 4 ਲੇਅਰ 3 ਟਰਮੀਨਲ ਡਿਵਾਈਸ ਐਂਡ 4 ਲੇਅਰ 4 ਟਰਮੀਨਲ ਡਿਵਾਈਸ ਇਹਦੀ ਜਿਹੜੀ ਸਹੀ ਆਪਸ਼ਨ ਹੈ ਉਹ ਹੈ ਸੀ 4 ਲੇਅਰ 3 ਟਰਮੀਨਲ ਡਿਵਾਈਸ ਹੁਣ 4 ਲੇਅਰਸ ਕਿਹੜੀਆਂ ਹੋਣਗੀਆਂ 4 ਲੇਅਰਸ ਹੋਣਗੀਆਂ ਪੀ ਐਨ ਪੀ ਐਨ ਇਹ 4 ਲੇਅਰਸ ਨੇ ਕਿਸੇ ਵਕਤ ਤੁਹਾਨੂੰ ਜੰਕਸ਼ਨ ਬਾਰੇ ਵੀ ਪੁੱਛ ਸਕਦੇ ਆ ਠੀਕ ਹੈ ਜੰਕਸ਼ਨ ਵੀ ਪੁੱਛ ਸਕਦੇ ਆ ਕਿ ਜਿਹੜੇ ਐਸ ਸੀ ਆਰ ਵਾ ਉਹ ਚ ਕਿੰਨੇ ਜੰਕਸ਼ਨਸ ਹੁੰਦੇ ਨੇ ਇਹਦੇ ਵਿੱਚ ਜੰਕਸ਼ਨਸ ਹੋਣਗੇ ਤਿੰਨ ਇੱਕ ਜੰਕਸ਼ਨ ਇਹ ਵਾਲਾ ਇੱਕ ਜੰਕਸ਼ਨ ਇਹ ਵਾਲਾ ਤੇ ਇੱਕ ਜੰਕਸ਼ਨ ਇਹ ਵਾਲਾ ਠੀਕ ਹੈ ਇੱਕ ਜੰਕਸ਼ਨ ਹੋ ਗਿਆ ਪੀ ਐਨ ਦੂਜਾ ਜੰਕਸ਼ਨ ਹੋ ਗਿਆ ਐਨ ਪੀ ਤੀਸਰਾ ਜੰਕਕਸ਼ਨ ਹੋ ਗਿਆ ਪੀ ਐਨ ਹੁਣ ਜਿਹੜੇ ਟਰਮੀਨਲਸ ਨੇ ਉਹ ਕਿੰਨੇ ਹੋਣਗੇ ਤਿੰਨ ਇੱਕ ਕਿਹੜਾ ਟਰਮੀਨਲ ਹੋਏਗਾ ਐਨੋਡ ਇਹ ਕਿਹੜਾ ਟਰਮੀਨਲ ਹੈ ਐਨੋਡ ਇਹ ਇੱਕ ਟਰਮੀਨਲ ਹੈ ਕੈਥੋਡ ਕੇ ਇੱਕ ਟਰਮੀਨਲ ਹੈ ਇੱਕਲਾ ਟਰਮੀਨਲ ਹੈ ਨੈਕਸਟ ਉਹ ਹੈ ਗੇਟ ਠੀਕ ਹੈ ਇਸ ਕਰਕੇ ਜਿਹੜਾ ਐਸ ਇ ਆ ਰੇ ਇਹ 4 लेयर एंड थ्री टर्मिनल डिवाइस फोर लेयर एंड थ्री टर्मिनल डिवाइस ओके नेक्स्ट ए एन एस आर इज थ्री लेयर थ्री टर्मिनल डिवाइस थ्री लेयर फोर टर्मिनल डिवाइस फोर लेयर थ्री टर्मिनल डिवाइस एंड फोर लेयर फोर टर्मिनल डिवाइस ਇਹਦੀ ਜਿਹੜੀ ਸਹੀ ਆਪਸ਼ਨ ਹੈ ਉਹ ਹੈ ਸੀ फोर लेयर थ्री टर्मिनल डिवाइस ਹੁਣ 4 ਲੇਅਰਸ ਕਿਹੜੀਆਂ ਹੋਣਗੀਆਂ 4 ਲੇਅਰਸ ਹੋਣਗੀਆਂ ਪੀ ਐਨ ਪੀ ਐਨ ਇਹ 4 ਲੇਅਰਸ ਨੇ ਕਿਸੇ ਵਕਤ ਤੁਹਾਨੂੰ ਜੰਕਸ਼ਨ ਬਾਰੇ ਵੀ ਪੁੱਛ ਸਕਦੇ ਆ ਠੀਕ ਹੈ ਜੰਕਸ਼ਨ ਹੀ ਪੁੱਛ ਸਕਦੇ ਆ ਕਿ ਜਿਹੜੇ ਐਸ ਸੀ ਆਰ ਵਾਹੂ ਚ ਕਿੰਨੇ ਜੰਕਸ਼ਨਸ ਹੁੰਦੇ ਨੇ ਇਹਦੇ ਵਿੱਚ ਜੰਕਸ਼ਨਸ ਹੋਣਗੇ ਤਿੰਨ ਇੱਕ ਜੰਕਸ਼ਨ ਇਹ ਵਾਲਾ ਇੱਕ ਜੰਕਸ਼ਨ ਇਹ ਵਾਲਾ ਤੇ ਇੱਕ ਜੰਕਸ਼ਨ ਇਹ ਵਾਲਾ ਠੀਕ ਹੈ ਇੱਕ ਜੰਕਸ਼ਨ ਹੋ ਗਿਆ ਪੀ ਐਨ ਦੂਜਾ ਜੰਕਸ਼ਨ ਹੋ ਗਿਆ ਐਨ ਪੀ ਤੀਸਰਾ ਜੰਕਸ਼ਨ ਹੋ ਗਿਆ ਪੀ ਐਨ हूँ ज टर्मीनल ने किन्ने तीन एक कि टर्मीनल होएगा एनोड एक कहमीनल है एनोड ए एक टर्मीनल है कथोड के एक टर्मीनल है एक है वो नैक्स गेट ठीक है इस करके जो एससीआर है ये फोर लेयर एंड थ्री टर्मीनल डिवाइस है फोर लेयर एंड थ्री टर्मीनल डिवाइस ओके नैक्सट है रीवायरेबल ਫਿਊਜ਼ ਹੈਸ ਇਨਵਰਸ ਟਾਈਮ ਕਰੰਟ ਕੈਰੈਕਟਰਿਸਟਿਕਸ ਜਿੰਨਾ ਜ਼ਿਆਦਾ ਕਰੰਟ ਉਨਾ ਘੱਟ ਟਾਈਮ ਲੱਗੇਗਾ ਫਿਊਜ਼ ਨੂੰ ਸੜਨ ਦੇ ਵਿੱਚ ਮਤਲਬ ਡਿਸਕਨੈਕਟ ਕਰਨ ਦੇ ਵਿੱਚ ਸਰਕਟ ਨੂੰ ਠੀਕ ਹੈ ਉਨੀ ਛੇਤੀ ਪਿਗਲ ਜੇਗਾ ਜੇ ਮੰਨ ਲਓ 2 ਐਮਪੀਅਰ ਇੱਕ ਪਾਸੇ ਕਰੰਟ ਇੱਕ ਪਾਸੇ 100 ਐਮਪੀਅਰ ਹੈ ਤੇ 100 ਐਮਪੀਅਰ ਦੇ ਨਾਲ ਇਹਦੇ ਜਿਹੜੇ ਟਾਈਮ ਜਿਆਦਾ ਤੇਜ਼ੀ ਦੇ ਨਾਲ ਇਹ ਮਤਲਬ ਡਿਸਕਨੈਕਟ ਕਰ ਦੇਗਾ ਸਰਕਟ ਨੂੰ ਓਕੇ ਵਾਇਰ ਜਿਹੜੀ ਹੈ ਛੇਤੀ ਮੈਲਟ ਹੋ ਜੇਗੀ ਨੈਕਸਟ ਹੈ ਫਾਰ ਪ੍ਰੋਟੈਕਸ਼ਨ ਆਫ ਅ ਵੈਰੀ ਲੌਂਗ extra high voltage line the protective relay used is more type distancerly ایتھے ਆਪਾਂ ਕਿਹੜੀ ਰਿਲੇ ਯੂਜ਼ ਕਰਦੇ ਆ ਮੋਹ ਟਾਈਪ ਡਿਸਟੈਂਸਰਲੀ ਲੋਕੇਸ਼ਨ ਆਫ ਲਾਈਟਨਿੰਗ ਅਰੇਸਟਰ ਇਸ ਨੀਅਰ ਆ ট্রান্সਫਾਰਮਰ ਕਿ ਠੀਕ ਹੈ ট্রান্সਫਾਰਮਰ ਦੇ ਲੱਗਿਆ ਆਪਾਂ ਲਾਈਟਨਿੰਗ ਅਰੇਸਟਰ ਯੂਜ਼ ਕਰਦੇ ਆ ਲਾਈਟਨਿੰਗ ਅਰੇਸਟਰ ਬੇਸਿਕਲੀ ਅਸਮਾਨੀ ਬਿਜਲੀ ਤੋਂ ਬਚਾਉਂਦੇ ਨੇ ਟਰਾਂਸਫਾਰਮਰ ਨੂੰ ਟਰਾਂਸਫਾਰਮਰ ਨੂੰ ਪਲੱਸ ਕਿਉਂਕਿ ਟਰਾਂਸਫਾਰਮਰ ਤੇ ਫਾਲਟ ਆ ਗਿਆ ਦੇ ਅੱਗੇ ਦੀ ਅੱਗੇ ਫਾਲਟ ਜਿਹੜਾ ਵਾ ਜ਼ਿਆਦਾ ਨੁਕਸਾਨ ਕਰ ਦਿੰਦਾ ਇਸ ਕਰਕੇ ਆਪਾਂ ਲਾਈਟਨਿੰਗ ਅਰੇਸਟਰ ਰਮੇਸ਼ਨ ਟਰਾਂਸਫਾਰਮਰ ਦੇ ਕੋਲ ਲਾਈ ਹੁੰਦੇ ਨੇ ਫਰੰਟ ਇਫੈਕਟ ਇਨ ਟ੍ਰਾਂਸਮਿਸ਼ਨ ਲਾਈਨਸ ਇਜ਼ ਡਿਊ ਟੂ ਦੀ ਪ੍ਰੈਜ਼ੈਂਸ ਆਫ ਲਾਈਨ ਕੈਪੈਸਟੈਂਸ ਐਂਡ ਇੰਡਕਟੈਂਸ ਠੀਕ ਹੈ ਇਹ ਦੋਨੋਂ ਰਿਸਪੌਂਸਿਬਲ ਹੁੰਦੇ ਨੇ ਫਰੰਟ ਇਫੈਕਟ ਦੇ ਲਈ ਠੀਕ ਹੈ ਕੈਪੈਸਟੈਂਸ ਵੀ ਤੇ ਇੰਡਕਟੈਂਸ ਵੀ ਸ਼ਾਰਟ ਟ੍ਰਾਂਸਮਿਸ਼ਨ ਲਾਈਨ ਦੇ ਵਿੱਚ ਇਹ ਜਿਹੜਾ ਫਰੰਟ ਇਫੈਕਟ ਨਹੀਂ ਹੋਏਗਾ ਮੀਡੀਅਮ ਤੇ ਲੌਂਗ ਦੇ ਵਿੱਚ ਜ਼ਿਆਦਾ ਹੁੰਦਾ ਏ ਓਕੇ ਲੌਂਗ ਦੇ ਵਿੱਚ ਤੇ ਬਹੁਤ ਜ਼ਿਆਦਾ ਇਹਦੀ ਟੈਂਡੈਂਸੀ ਵੱਜ ਜਾਂਦੀ ਹੈ ਫਰੰਟ ਇਫੈਕਟ ਦੀ ਅਸਾਈਕਲੋਨ ਮੋਟਰ ਇਜ਼ ਏਸੀ ਟੂ ਏਸੀ ਕਨਵਰਟਰ ਠੀਕ ਹੈ ਇਹ ਏਸੀ ਨੂੰ ਏਸੀ ਕਨਵਰਟ ਕਰਦਾ ਏ ਕਰਦਾ ਕੀ ਏ ਜਿੱਦਾਂ ਮੰਨ ਲਓ ਸਾਡੇ ਕੋਲ ਹਾਈ ਫ੍ਰੀਕੁਐਂਸੀ ਏ ਉਹਨੂੰ ਲੋ ਫ੍ਰੀਕੁਐਂਸੀ ਦੇ ਵਿੱਚ ਕਰ ਦੇਗਾ ਠੀਕ ਹੈ ਲੋ ਫ੍ਰੀਕੁਐਂਸੀ ਦੇ ਵਿੱਚ ਕਰ ਦੇਗਾ ਓਕੇ ਸਿਰਫ ਇਹੀ ਇਹਦਾ ਕੰਮ ਏ ਸਾਈਕਲੋ ਕਨਵਰਟਰ ਕੀ ਹੈ ਏਸੀ ਟੂ ਏਸੀ ਕਨਵਰਟਰ ਓਕੇ ਇਹਦੀ ਸਹੀ ਆਪਸ਼ਨ ਕੀ ਹੈ ਡੀ ਨੈਕਸਟ ਹੈ ਦੀ ਐਡਵਾਂਟੇਜ ਆਫ ਰੀਹੀਟਿੰਗ ਆਫ ਸਟੀਮ ਇਨ ਅ ਟਰਬਾਈਨ ਇਜ਼ 댓 ਕੀ ਫਾਇਦੇ ਨੇ ਸਟੀਮ ਨੂੰ ਰੀਹੀਟ ਕਰਨ ਦੇ ਪਹਿਲਾ ਫਾਇਦਾ ਇਹਦਾ ਏ ਆ ਇਟ ਇਨਕਰੀਸਸ ਦੀ ਐਫੀਸ਼ੀਐਂਸੀ ਆਫ ਦੀ ਟਰਬਾਈਨ ਕਿ ਇਹ ਟਰਬਾਈਨ ਦੀ ਐਫੀਸ਼ੀਐਂਸੀ ਨੂੰ ਇਨਕਰੀਸ ਕਰ ਦਿੰਦੀ ਹੈ ਦੂਜੀ ਕੀ ਹੈ ਇਟ ਇਨਕਰੀਸਸ ਦੀ ਵਰਕ ਡਨ ਥਰੂ ਦੀ ਟਰਬਾਈਨ ਠੀਕ ਹੈ ਕਿ ਇਹ ਜਿਹੜਾ ਵਰਕ ਡਨ ਹੋ ਰਿਹਾ ਹੈ ਉਹਨੂੰ ਇੰਪਰੂਵ ਕਰ ਦੇਗੀ ਇਨਕਰੀਸ ਕਰ ਦੇਗੀ ਤੀਸਰਾ ਕੀ ਹੈ ਇਟ ਰਿਡਿਊਸਸ ਦੀ ਵੇਅਰਸ ਔਨ ਦੀ ਬਲੇਡਸ ਵੇਅਰਸ ਜਿਹੜੀ ਹੈ ਨਾ ਵੇਅਰ ਮਤਲਬ ਜਿਹੜੀ ਘਸਾਵਟ ਆ ਖਰਾਬ ਹੋਣੇ ਬਲੇਡ ਉਹ ਘਟ ਜਾਏਗਾ ਠੀਕ ਹੈ ਇਸ ਕਰਕੇ ਦੀ ਸਹੀ ਆਪਸ਼ਨ ਕੀ ਹੈ ਡੀ ਆਲ ਆਫ ਦੀ ਅਬੋਵ ਐਡਵਾਂਟੇਜਸ ਆਲ ਆਫ ਦੀ ਅਬੋਵ ਐਡਵਾਂਟੇਜਸ ਇਨ ਓਵਰਹੈਡ ਲਾਈਨਸ ਵੀ ਜਨਰਲੀ ਯੂਜ਼ ਏ ਸੀ ਐਸ ਆਰ ਕੰਡਕਟਰਸ ਕਿਹੜੇ ਕੰਡਕਟਰ ਯੂਜ਼ ਕਰਦੇ ਆ ਏਸੀਐਸਆਰ ਕੰਡਕਟਰਸ ਯੂਜ਼ ਕਰਦੇ ਆ ਏਸੀਐਸਆਰ ਦਾ ਮਤਲਬ ਕੀ ਹੁੰਦਾ ਵਾ ਐਲੂਮੀਨੀਅਮ ਕੰਡਕਟਰ ਸਟੀਲ ਰੀਨਫੋਰਸਡ ਰੀਐਨ ਫੋਰਸਟ ਠੀਕ ਹੈ ਹੁੰਦਾ ਕਿ ਇਹ ਇੱਕ ਸਟੀਲ ਦਾ ਕੰਡਕਟਰ ਹੁੰਦਾ ਉਹਦੇ ਆਲੇ ਦੁਆਲੇ ਐਲੂਮੀਨੀਅਮ ਦੇ ਕੰਡਕਟਰ ਹੋਣਗੇ ਸਟੀਲ ਕੰਡਕਟਰ ਆਪਾਂ ਕਿਉਂ ਯੂਜ਼ ਕਰਦੇ ਆ ਉਹਦਾ ਕੀ ਕਾਰਨ ਹੈ ਉਹਨੂੰ ਇਸ ਕਰਕੇ ਯੂਜ਼ ਕਰਦੇ ਆ ਕਿ ਇਹਦੇ ਨਾਲ ਟੈਂਸਾਈਲ ਸਟਰੈਂਥ ਵਾਜ ਜਾਂਦੀ ਹੈ ਓਵਰਆਲ ਕੰਡਕਟਰ ਦੀ ਟੈਂਸਾਈਲ ਸਟਰੈਂਥ ਜਿਹੜੀ ਆ ਉਹ ਵਾਜੇਗੀ नेक्स्ट है, ड्यूरिंग आर्क एक्सटिंक्शन, एस एफ सिक्स गैस गैट्स सही ऑप्शन है डीकम्पोज इन टू एस एफ फोर एंड एस एफ टू ठीक है डीकपोज इनटू एस एफ फोर एंड एस एफ टू डायरेक्ट ऑनलाइन स्टार्टर्स आर नॉट सुटेबल फॉर स्टार्टिंग लार्ज डीसी मोटर्स बिकॉज़, ये मोटर की होएगा? ਜੇਕਰ ਆਪਾਂ ਬਾਰ-ਬਾਰ ਡਾਇਰੈਕਟ ਆਨਲਾਈਨ ਸਟਾਰਟਰ ਯੂਜ਼ ਕਰਾਂਗੇ ਲਾਰਜ ਵੋਲਟੇਜ ਡ੍ਰੌਪ ਵੋਲਟੇਜ ਡ੍ਰੌਪ ਵੱਜ ਜਾਏਗਾ ਕਿਉਂਕਿ ਮੋਟਰ ਇੱਕ ਲੋਡ ਤੇ ਹੁੰਦੀ ਹੈ ਤੇ ਉਹ ਜ਼ਿਆਦਾ ਕਰੰਟ ਡਰਾ ਕਰੇਗੀ ਓਕੇ ਮੇ ਅਕਰ ਇਨ ਦੀ ਸਪਲਾਈ ਮੇਨ ਠੀਕ ਹੈ ਇੱਥੇ ਇਹਨਾਂ ਨੇ ਵੈਸੇ ਇੱਥੇ ਇੰਡਕਸ਼ਨ ਮੋਟਰ ਹੋਣਾ ਚਾਹੀਦਾ ਜੀ ਤੇ ਬਟ ਦੋਨੋਂ ਦਾ ਸੇਮ ਹੀ ਹੈ ਕੋਈ ਉਹ ਚੱਕਰ ਨਹੀਂ ਹੈਗਾ ਕਿਉਂਕਿ ਜਦੋਂ ਡਾਇਰੈਕਟ ਆਨਲਾਈਨ ਭਾਵੇਂ ਤੁਸੀਂ ਡੀਸੀ ਚਲਾਓ ਏਸੀ ਚਲਾਓ ਉਹਨੇ ਕਰੰਟ ਜ਼ਿਆਦਾ ਲੈਣਾ ਹੀ ਲੈਣਾ ਹੈ ਠੀਕ ਹੈ ਡਾਇਰੈਕਟ ਆਨਲਾਈਨ 스타ਟਰ ਬੇਸਿਕਲੀ ਇੰਡਕਸ਼ਨ ਮੋਟਰਸ ਵਾਸਤੇ ਹੁੰਦੇ ਨੇ ਡੀਐਲ 스타ਟਰ ਪਰ ਕੁਐਸਚਨ ਸੀ ਇਸ ਕਰਕੇ ਮੈਂ ਕਰਵਾ ਦਿੱਤਾ ਇੰਡਕਸ਼ਨ ਮੋਟਰਸ ਵਾਸਤੇ ਹੁੰਦੇ ਹੈ ਉਹਦਾ ਵੀ ਇਹੀ ਰੀਜ਼ਨ ਹੁੰਦਾ ਕਿ ਜਿਹੜੀ ਮੋਟਰ ਹੈ ਨਾ ਇੰਡਕਸ਼ਨ ਮੋਟਰ ਸਟਾਰਟਿੰਗ ਦੇ ਵਿੱਚ 5 ਤੋਂ 7 ਟਾਈਮਸ ਕਰੰਟ ਜਿਹੜਾ ਜ਼ਿਆਦਾ ਡਰਾ ਕਰਦੀ ਹੈ ਤੇ ਜਿਹਦੇ ਨਾਲ ਜਿਹੜੇ ਉਸ ਲਾਈਨ ਦੇ ਉੱਤੇ ਇਕਿਪਮੈਂਟ ਲੱਗੇ ਹੁੰਦੇ ਆ ਉਹ ਅਫੈਕਟ ਹੁੰਦੇ ਨੇ ਜਿੱਦਾਂ ਮੰਨ ਲਓ ਕੋਈ ਮੋਟਰ ਲੱਗੀ ਆ ਜ਼ਿਆਦਾ ਵੋਲਟੇਜ ਡ੍ਰੌਪ ਹੋ ਗਿਆ ਤੇ ਉਹਦੇ ਨਾਲ ਉਹ ਰੁਕ ਵੀ ਸਕਦੀ ਹੈ ਠੀਕ ਹੈ ਇਹ ਇਹੀ ਇਹਦਾ ਕਾਰਨ ਹੈ ਕਿ ਲਾਰਜ ਵੋਲਟੇਜ ਡ੍ਰੌਪ ਮੇ ਅਕਰ ਇਨ ਦੀ ਸਪਲਾਈ ਮੇਨ ਨੈਕਸਟ ਹੈ ਫਾਰ ਅੰਡਰ ਵਾਟਰ ਮੂਵਮੈਂਟ ਆਫ ਸਬਮਰੀਨ ਦੀ ਪਾਵਰ ਇਜ਼ ਪ੍ਰੋਵਾਈਡਡ ਬਾਈ ਬੈਟਰੀਜ਼ ਠੀਕ ਹੈ ਇਹਦੇ ਵਿੱਚ ਬੈਟਰੀਜ਼ ਰੱਖੀਆਂ ਹੁੰਦੀਆਂ ਨੇ ਪਾਵਰ ਜਿਹੜੀ ਪ੍ਰੋਵਾਈਡ ਕਰਦੇ ਆ ਉਹ ਬੈਟਰੀਜ਼ ਦੇ ਥਰੂ ਪ੍ਰੋਵਾਈਡ ਕੀਤੀ ਜਾਂਦੀ ਹੈ ਬੱਕਲ ਜ਼ਰਲੇ ਇਜ਼ ਪਲੇਸਡ ਇਨ ਬਟਵੀਨ ਦੀ ਟੈਂਕ ਐਂਡ ਕੰਜ਼ਰਵੇਟਰ ਠੀਕ ਹੈ ਇਨ ਬਿਟਵੀਨ ਦੀ ਟੈਂਕ ਐਂਡ ਕੰਜ਼ਰਵੇਟਰ ਬੀ ਆਪਸ਼ਨ ਜਿਹੜੀ ਹੈ ਕਰੈਕਟ ਆਪਸ਼ਨ ਹੈ ਨੈਕਸਟ ਏ ਅਰਥ ਵਾਇਰਸ ਆਰ ਮੇਡ ਆਫ ਅਰਥ ਵਾਇਰ ਕਾਦੀਆਂ ਬਣੀਆਂ ਨੇ ਨੇ ਗੈਲਵਨਾਈਜ਼ ਸਟੈਂਡਰਡ ਸਟੀਲ ਗੈਲਵਨਾਈਜ਼ਡ ਆਪਾਂ ਸਟੀਲ ਯੂਜ਼ ਕਰਦੇ ਆ ਅਰਥ ਵਾਇਰਸ ਵਾਸਤੇ ਨੈਕਸਟ ਏ ਇਨ ਅ ਕੇਬਲ ਫਾਲਸ ਅਕਰਿੰਗ ਆਰ ਕੇਬਲ ਦੇ ਵਿੱਚ ਕਿਹੜੇ ਕਿਹੜੇ ਫਾਲਟ ਹੋ ਸਕਦੇ ਆ ਓਪਨ ਵੀ ਹੋ ਸਕਦਾ ਸ਼ਾਰਟ ਵੀ ਹੋ ਸਕਦਾ ਅਰਥ ਫਾਲਟ ਵੀ ਹੋ ਸਕਦਾ डी ऑप्शन ऑप्शन है पब्लिक अंडरटेकिंग एसोसिएट विद इशन एंड कमीशनिंग ऑफ थर्मल पावर प्लान इन इंडिया इज एनटीपीसी एनटीपीसी नैशनल पावर कार्पोरेशन लिमिट ओके सही ऑप्शन की है एनटीपीसी नैशनल थर्मल पावर कारपोरेशन लिमिट ਇਨੂੰ ਫਾਊਂਡੇਡ ਫਾਊਂਡ ਹੋਈ ਹੀ ਇਟ ਵਾਸ ਫਾਊਂਡੇਡ ਇਨ 7th ਨੋਵੇmber 1975 ਇਹਦਾ ਕੰਮ ਕੀ ਏ ਜਿਹੜੇ ਥਰਮਲ ਪਾਵਰ ਪਲਾਂਟ ਵਾ ਉਹਨਾਂ ਦੀ ਇਰੇਕਸ਼ਨ ਕਰਨਾ ਤੇ ਉਹਨਾਂ ਦੀ ਕਮਿਸ਼ਨਿੰਗ ਕਰਨਾ ਓਕੇ ਸਟੂਡੈਂਟਸ ਹੋਪਸ ਸੋ ਤੁਹਾਨੂੰ ਅੱਜ ਦੇ ਇਸ ਟੌਪਿਕ ਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਏਗਾ ਤਾਂ ਕਾਫੀ ਕੁਐਸਚਨ ਜਿਹੜੇ ਤੁਹਾਡੇ ਲਈ ਨਵੇਂ ਹੋਣਗੇ ਤੁਹਾਨੂੰ ਸੋਲਵ ਕਰਨ ਦਾ ਵੀ ਤਰੀਕਾ ਪਤਾ ਚੱਲ ਗਿਆ ਹੋਏਗਾ ਓਕੇ ਥੈਂਕ ਯੂ